ਅੱਜ ਦੀ ਵੀਡੀਓ 'ਚ ਜਿਹੜਾ ਟੋਪਿਕ ਕਰਨ ਜਾ ਰਹੇ ਹਾਂ ਉਹ ਹੈਗਾ ਪਰਸੈਂਟੇਜ। ਪਰਸੈਂਟੇਜ ਚੈਪਟਰ ਕਾਫੀ ਇੰਪੋਰਟੈਂਟ ਚੈਪਟਰ ਹੈ। ਇਸ ਚੈਪਟਰ 'ਚ ਚਾਹੇ ਤੁਹਾਨੂੰ ਐਗਜ਼ਾਮ ਦੇ ਵਿੱਚ ਇੱਕ ਜਾਂ ਦੋ ਕੁਸ਼ਚਨ ਪੁੱਛੇ ਜਾਣ, ਬਟ ਇਹਦੇ ਜਿਹੜੇ ਕਨਸੈਪਟ ਹੈ ਤੁਹਾਡੇ ਹਰ ਚੈਪਟਰ 'ਚ ਆਉਣ ਵਾਲੇ ਜਿੰਨੇ ਵੀ ਚੈਪਟਰ ਹੋਣਗੇ ਉਹ ਸਾਰਿਆਂ ਦੇ ਵਿੱਚ ਅਪਲਾਈ ਹੋਣੇ ਆ ਪਰਸੈਂਟੇਜ ਦੇ ਕਨਸੈਪਟ। ਅਤੇ ਇਸ ਚੈਪਟਰ ਨੂੰ ਤੁਸੀਂ ਬੜੇ ਹੀ ਧਿਆਨ ਨਾਲ ਸਮਝਿਓ ਤਾਂ ਕਿ ਆਉਣ ਵਾਲੇ ਚੈਪਟਰ ਜਿਹੜੇ ਵੀ ਕਨਸੈਪਟ ਯੂਜ਼ ਹੋਣਗੇ ਤੁਹਾਨੂੰ ਪਹਿਲੇ ਹੀ ਤੋਂ ਪਤਾ ਹੋਣ, ਠੀਕ ਹੈ। ਕੁਸ਼ਚਨ ਇਹਦੇ ਵਿੱਚੋਂ ਵੀ ਤੁਹਾਨੂੰ ਐਗਜ਼ਾਮ 'ਚ ਇੱਕ ਜਾਂ ਦੋ ਪੁੱਛ ਦਿੱਤਾ ਜਾਏਗਾ। ਹੁਣ ਪਰਸੈਂਟੇਜ ਦੇ ਵਿੱਚ ਮੈਂ ਤੁਹਾਨੂੰ ਸਾਰੀ ਇੰਪੋਰਟੈਂਟ ਟਾਈਪਸ, ਜਿਹੜੀ ਵੀ ਇੰਪੋਰਟੈਂਟ ਟਾਈਪਸ ਬਣਦੀਆਂ ਹੋਣਗੀਆਂ ਸਾਰੀ ਕਵਰ ਕਰਵਾਵਾਂਗਾ। 9 ਤੋਂ 10 ਟਾਈਪਸ ਬਣਦੀ ਇਸ ਚੈਪਟਰ ਦੇ ਵਿੱਚ, A to Z ਸਾਰੀ ਕਵਰ ਕਰਵਾਵਾਂਗੇ। ਅੱਜ ਦੇ ਵੀਡੀਓ ਦੇ ਵਿੱਚ ਆਪਾਂ ਦੇਖਦੇ ਹਾਂ ਕਿੰਨੀ ਕੁ ਟਾਈਪ ਅਸੀਂ ਕਵਰ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਪਰਸੈਂਟੇਜ ਦਾ ਕਨਸੈਪਟ ਸਮਝ ਲੈਂਦੇ ਹਾਂ। ਪਰਸੈਂਟੇਜ ਹੈ ਕੀ ਚੀਜ਼ ਹੈ? ਪਰਸੈਂਟੇਜ ਬੇਸਿਕਲੀ ਬਣਾਇਆ ਗਿਆ ਵੱਡੇ ਵੱਡੇ ਨੰਬਰ ਨੂੰ 100 ਦੇ ਅੰਦਰ ਡੋਨੇਟ ਕਰਨਾ। ਤੁਹਾਨੂੰ ਪਤਾ ਮੈਕਸੀਮਮ ਪਰਸੈਂਟੇਜ ਕੀ ਹੁੰਦੀ? 100% ਹੁੰਦੀ ਹੈ। 100 ਦੇ ਅੰਦਰ ਅੰਦਰ ਸ਼ੋਅ ਕਰਨਾ। ਮੰਨ ਲਓ ਕੋਈ ਕੰਪਨੀ ਹੈਗੀ ਆ, ਉਸ ਕੰਪਨੀ ਦੀ ਸੇਲ ਮੈਨੂੰ ਪਤਾ ਹਰ ਮੰਥ ਦੀ ਦਿੱਤੀ 1.5 ਲੱਖ, 2 ਲੱਖ, 3 ਲੱਖ, ਤਾਂ ਮੈਂ ਕਿਸੇ ਨੂੰ ਅਗਰ ਡਾਟਾ ਸ਼ੋਅ ਕਰਨਾ ਮੈਂ ਇਹ ਤਾਂ ਨਹੀਂ ਕਹਾਂਗਾ ਇਸ ਮਹੀਨੇ ਇੰਨੀ ਸੇਲ ਹੋਈ ਸੀ, ਇਸ ਮਹੀਨੇ ਇੰਨੀ ਸੇਲ ਹੋਈ ਸੀ। ਮੈਂ ਉਹਨੂੰ ਪਰਸੈਂਟੇਜ ਕਨਵਰਟ ਕਰ ਦਾਂਗਾ, ਪੂਰੇ ਸਾਲ ਦੀ ਸੇਲ ਦੇਖਾਂਗਾ, ਉਸ ਹਿਸਾਬ ਨਾਲ ਉਹਨੂੰ ਪਰਸੈਂਟੇਜ ਕਨਵਰਟ ਕਰ ਦੱਸਾਂਗਾ ਕਿ ਇਸ ਮਹੀਨੇ 10% ਹੋਈ ਸੀ, ਅਗਲੇ ਮਹੀਨੇ 5% ਹੋਈ ਸੀ, ਅਗਲੇ ਮਹੀਨੇ 20% ਹੋਈ ਸੀਗੀ, ਠੀਕ ਹੈ। ਇਸ ਕਰਕੇ ਪਰਸੈਂਟੇਜ ਨੂੰ ਬਣਾਇਆ ਗਿਆ ਵੱਡੇ ਵੱਡੇ ਨੰਬਰ ਨੂੰ ਛੋਟੇ ਨੰਬਰ 'ਚ ਕਨਵਰਟ ਕਰਨ ਵਾਸਤੇ। ਉਹਨਾਂ ਦੇ ਵਿੱਚ ਕਿਹੜੀ ਕਿਹੜੀ ਟਾਈਪਸ ਕਵਰ ਕਰਨੀ ਹੈ, ਇਹ ਤਾਂ ਕੈਲਕੂਲੇਸ਼ਨ ਹੈ, ਇਹ ਸਾਡੇ ਕੰਮ ਦੀ ਨਹੀਂ ਹੈਗੀ। ਪੰਜਾਬ ਪੁਲਿਸ ਦੇ ਐਗਜ਼ਾਮ ਵਾਸਤੇ ਇਹ ਉੱਥੇ ਕੰਮ ਆਉਂਦੀ ਹੈ ਜਦੋਂ ਬੈਂਕਿੰਗ ਵਗੈਰਾ ਦਾ ਐਗਜ਼ਾਮ ਹੋਏਗਾ। ਤੁਹਾਨੂੰ ਸਭ ਤੋਂ ਪਹਿਲੇ ਏਰੀਆ ਕਨਸੈਪਟ, ਇਹ ਕਨਸੈਪਟ ਆਪਾਂ ਸਕੂਲ ਟਾਈਮ, ਕਾਲਜ ਟਾਈਮ ਜਦੋਂ ਵੀ ਕਦੇ ਐਗਜ਼ਾਮ ਦਿੰਦੇ ਹਾਂ ਉਹਦੇ 'ਚ ਯੂਜ਼ ਕਰਦੇ ਰਹਿੰਦੇ ਹਾਂ। ਕੀ ਇਹ ਕਨਸੈਪਟ ਕਹਿ ਰਿਹਾ? ਓਬਟੇਨ ਮਾਰਕਸ, ਜਿਹੜੇ ਮੇਰੇ ਮਾਰਕਸ ਆਏ ਆ ਉਹ ਕਿੰਨੇ ਹੈਗੇ ਆ? 540। ਕਿੰਨਿਆਂ ਵਿੱਚੋਂ? 600 ਵਿੱਚੋਂ। ਮੈਨੂੰ ਬਸ ਦੱਸਣਾ ਕਿੰਨੀ ਪਰਸੈਂਟੇਜ ਬਣੀ। ਅਗਰ 600 ਵਿੱਚੋਂ ਮੇਰੇ 540 ਨੰਬਰ ਹੈ ਤਾਂ ਕਿੰਨੇ ਪਰਸੈਂਟੇਜ ਹੋਣਗੇ? ਸਾਨੂੰ ਪਤਾ ਅਸੀਂ ਕਰਦੇ ਆ ਰਹੇ ਹਾਂ ਐਗਜ਼ਾਮ ਤੋਂ ਬਾਅਦ ਜਦੋਂ ਵੀ ਪਰਸੈਂਟੇਜ ਬਣਾਉਣੀ ਹੁੰਦੀ ਹੈ ਆਪਾਂ ਦੇਖਦੇ ਹਾਂ ਯਾਰ ਮੇਰੇ ਨੰਬਰ 540 ਹੈ, ਕਿੰਨਿਆਂ ਵਿੱਚੋਂ? 600 ਵਿੱਚੋਂ 600 ਨੂੰ ਥੱਲੇ ਲਿਖਦਾ ਅਤੇ ਗੁਣਾ ਕਰ ਦਿੰਦਾ ਮੈਂ 100 ਦੇ ਨਾਲ। ਬਸ ਇਹਨੂੰ ਸੋਲਵ ਕਰਕੇ ਮੇਰੀ ਪਰਸੈਂਟੇਜ ਬਣ ਜਾਂਦੀ ਹੈ 90%। ਇੱਦਾਂ ਹੀ ਬਣਾਉਂਦੇ ਹਾਂ। ਅਤੇ ਇਹੀ ਪਰਸੈਂਟੇਜ ਦਾ ਕਨਸੈਪਟ ਹੈ। ਕਨਸੈਪਟ ਕੀ ਹੈ? ਮੈਂ ਕੀ ਕਰਨਾ ਸੀ? ਆਪਣੇ ਮਾਰਕਸ ਦੀ ਪਰਸੈਂਟੇਜ ਕਰਨੀ ਸੀਗੀ। ਤਾਂ ਅਗਰ ਮਾਰਕਸ ਦੀ ਪਰਸੈਂਟੇਜ ਕਰਨੀ, ਮਾਰਕਸ ਮੈਂ ਉੱਪਰ ਲਿਖਤਾ। ਮੈਂ ਉਹਨੂੰ ਕਿਹਦੇ ਨਾਲ ਕੰਪੇਅਰ ਕਰਨਾ ਸੀ? ਕੰਪੇਅਰ ਕਰਨਾ ਸੀਗਾ ਮੈਂ ਉਹਨੂੰ ਟੋਟਲ ਦੇ ਨਾਲ। ਟੋਟਲ ਕਿੰਨਿਆਂ ਵਿੱਚੋਂ ਨੰਬਰ ਹੈ ਉਹਨੂੰ ਮੈਂ ਥੱਲੇ ਲਿਖਤਾ, ਗੁਣਾ ਕਰਤਾ 100। ਬਸ ਹੁਣ ਇਹੀ ਤੁਸੀਂ ਚੀਜ਼ ਦਿਮਾਗ 'ਚ ਰੱਖਣੀ, ਕਦੀ ਵੀ ਤੁਸੀਂ ਪਰਸੈਂਟ ਏਜ ਫਾਈਂਡ ਕਰਨੀ ਹੈ, ਜਿਹਦੀ ਵੀ ਫਾਈਂਡ ਕਰਨੀ ਆ ਉਹਨੂੰ ਤੁਸੀਂ ਹਮੇਸ਼ਾ ਉੱਪਰ ਲਿਖਣਾ, ਥੱਲੇ ਤੁਸੀਂ ਹਮੇਸ਼ਾ ਉਹਨੂੰ ਲਿਖਣਾ ਜਿਹਦੇ ਨਾਲ ਤੁਸੀਂ ਉਹਨੂੰ ਕੰਪੇਅਰ ਕਰਨਾ ਅਤੇ ਮਲਟੀਪਲਾਈ ਕਰ ਦੇਣਾ 100 ਦੇ ਨਾਲ। ਕਿਉਂਕਿ ਕਿਸੇ ਨੂੰ ਵੀ ਅਗਰ ਪਰਸੈਂਟੇਜ ਬਣਾਉਣਾ ਹੈ ਤਾਂ ਉਹਨੂੰ 100 ਨਾਲ ਮਲਟੀਪਲਾਈ ਕਰਨਾ ਹੀ ਪਏਗਾ, ਹੈ ਨਾ। ਅਤੇ ਕੀ ਹੋਏਗਾ? ਜਿਹਦੀ ਪਰਸੈਂਟੇਜ ਨਿਕਲਣੀ ਆ ਉਹ ਉੱਪਰ, ਜਿਹਦੇ ਨਾਲ ਕੰਪੇਅਰ ਕਰਨਾ ਉਹਨੂੰ ਥੱਲੇ ਗੁਣਾ ਕਰ ਦੇਣਾ 100 ਦੇ ਨਾਲ, ਠੀਕ ਹੈ। ਇੱਥੇ ਤਾਂ ਕਲੀਅਰ ਹੈ? ਚਲੋ ਇੱਕ ਐਗਜ਼ਾਮਪਲ ਲੈਂਦੇ ਹਾਂ। ਮੈਨੂੰ ਦੱਸਿਓ ਹੁਣ ਕਿਹੜਾ ਨੰਬਰ ਉੱਪਰ ਆਉਣਾ, ਕਿਹੜਾ ਨੰਬਰ ਥੱਲੇ ਆਉਣਾ। ਇਹ ਸਾਡੇ ਕੋਲ ਐਗਜ਼ਾਮਪਲ ਹੈ। ਕਹਿ ਰਿਹਾ ਏ ਦੇ ਕਿਸੇ ਮਾਰਕਸ 360 ਨੰਬਰ ਹੈ, ਬੀ ਦੇ 540 ਨੰਬਰ ਹੈ, ਏ ਕਿੰਨਾ ਪਰਸੈਂਟ ਹੈ ਬੀ ਦਾ, ਏ ਬੀ ਦਾ ਕਿੰਨਾ ਪ੍ਰਤੀਸ਼ਤ ਹੋਊਗਾ? ਹੁਣ ਥੋੜ੍ਹਾ ਤੁਸੀਂ ਦਿਮਾਗ ਸੋਚੋ, ਪ੍ਰਤੀਸ਼ਤ ਕਿਹੜਾ ਕੱਢਣਾ? ਪਰਸੈਂਟੇਜ ਆਪਾਂ ਕਿਹਦਾ ਕੱਢਣਾ? ਏ ਦਾ। ਇਸ ਕਰਕੇ ਮੈਂ ਨੰਬਰ ਕਿਹਦਾ ਉੱਪਰ ਲਿਖਾਂਗਾ? ਏ ਦਾ। 360 ਨੂੰ ਮੈਂ ਲਿਖਾਂਗਾ ਉੱਪਰ। ਹੁਣ ਦੋ ਹੀ ਬੰਦੇ ਦੀ ਗੱਲ ਹੋ ਰਹੀ ਹੈ, ਅਗਰ ਏ ਨੂੰ ਮੈਂ ਉੱਪਰ ਲਿਖ ਲਿਆ ਤਾਂ ਓਬਵੀਅਸਲੀ ਜਿਹੜਾ ਦੂਜਾ ਬੰਦਾ ਹੋਏਗਾ ਬੀ ਉਹਨੇ ਥੱਲੇ ਆ ਜਾਣਾ, ਅਤੇ ਬੀ ਦੀ ਵੈਲਿਊ ਕਿੰਨੀ ਹੈ? 540 ਦੇ ਗੁਣਾ ਕਰ ਦੇਣਾ ਨੂੰ 100 ਦੇ ਨਾਲ, ਠੀਕ ਹੈ। ਇਹਨੂੰ ਸੋਲਵ ਕਰਕੇ ਜੋ ਵੀ ਤੁਹਾਡੀ ਵੈਲਿਊ ਨਿਕਲੇਗੀ 1854/3, ਇਹ ਸਾਡਾ ਆਂਸਰ ਹੋ ਜਾਣਾ 66.67%, ਠੀਕ ਹੈ। ਸਮਝ ਕੇ ਜੇ ਤਾਂ ਵੀ ਪਰਸੈਂਟੇਜ ਕੁਸ਼ਚਨ 'ਚ ਕੱਢਣ ਨੂੰ ਕਿਹਾ ਉਹਨੂੰ ਤੁਸੀਂ ਉੱਪਰ ਲਿਖ ਦੇਣਾ, ਜਿਹੜਾ ਦੂਜਾ ਬੰਦਾ ਹੋਏਗਾ ਕੰਪੈਰੀਜ਼ਨ ਉਹਦੇ ਨਾਲ ਹੀ ਹੋਣਾ ਅਤੇ ਉਹਨੂੰ ਤੁਸੀਂ ਥੱਲੇ ਲਿਖ ਦੇਣਾ ਅਤੇ ਗੁਣਾ ਕਰ ਦੇਣਾ 100। ਮਤਲਬ ਥੱਲੇ ਤੁਸੀਂ ਉਸ ਬੰਦੇ ਨੂੰ ਨਹੀਂ ਲਿਖਣਾ ਜਿਹਦਾ ਪਰਸੈਂਟੇਜ ਤੁਸੀਂ ਕੱਢਣਾ, ਠੀਕ ਹੈ। ਜਿਹਦਾ ਕੱਢਣਾ ਉਹਨੇ ਹਮੇਸ਼ਾ ਉੱਪਰ ਆਉਣਾ, ਦੂਜੇ ਬੰਦੇ ਨੇ ਥੱਲੇ ਆਉਣਾ। ਬਸ ਇੰਨਾ ਦਿਮਾਗ 'ਚ ਰੱਖਿਓ, ਕਨਫਿਊਜ਼ਨ ਹਮੇਸ਼ਾ ਇਹਦੇ 'ਚ ਆਉਂਦੀ ਥੱਲੇ ਵਾਲੇ ਨੰਬਰ ਲਿਖਣ 'ਚ। ਜਿਹਦਾ ਕੱਢਣਾ ਉਹ ਤਾਂ ਆਪਾਂ ਉੱਪਰ ਲਿਖ ਦਿੰਦੇ ਹਾਂ, ਪਰ ਸਾਨੂੰ ਇਹ ਸਮਝ ਨਹੀਂ ਆਉਂਦੀ ਥੱਲੇ ਕਿਹਨੂੰ ਲਿਖਣਾ, ਠੀਕ ਹੈ। ਕਲੀਅਰ ਹੈ? ਚਲੋ ਇੱਕ ਐਗਜ਼ਾਮਪਲ ਹੋਰ ਦੇਖਦੇ ਹਾਂ।
ਫਿਰ ਸਮਝਦੇ ਹਾਂ। ਨੈਕਸਟ ਐਗਜਾਮਪਲ ਦੇਖੋ ਇਹ ਵਾਲੀ, ਹੁਣ ਕੁਸ਼ਚਨ ਉੱਧਰ ਦਾ ਹੀ ਹੈ ਬਟ ਕੁਸ਼ਚਨ ਚ ਕਹਿ ਕੀ ਰਿਹਾ, ਏ ਦੇ ਨੰਬਰ 19 ਹੈ, ਬੀ ਦੇ ਨੰਬਰ 19 ਹੈ, ਬਟ ਉਹ ਕਹਿ ਰਿਹਾ ਏ ਬੀ ਸੇ ਕਿਤਨੇ ਪ੍ਰਤੀਸ਼ਤ ਅਧਿਕ ਹੈ, ਏ ਇਜ਼ ਵਟ ਪਰਸੈਂਟ ਮੋਰ ਔਰ ਲੈਸ ਦੈਨ ਬੀ, ਏ ਬੀ ਤੋਂ ਕਿੰਨਾ ਪਰਸੈਂਟ ਜ਼ਿਆਦਾ ਜਾਂ ਘੱਟ ਹੈ। ਹੁਣ ਜ਼ਿਆਦਾ ਜਾਂ ਘੱਟ ਪੁੱਛੇ ਤਾਂ ਸਾਨੂੰ ਇਹ ਦੇਖਣੇ ਪੈਣਾ ਕਿੰਨਾ ਜ਼ਿਆਦਾ ਜਾਂ ਘੱਟ ਹੈਗਾ। ਚੈੱਕ ਕਰੋ ਕਿੰਨਾ ਜ਼ਿਆਦਾ, ਏ 360 ਹੈ, ਬੀ ਕਿੰਨਾ 540 ਹੈਗਾ। ਅਗਰ ਉਹ 360 ਹੈ ਇਸਦਾ ਮਤਲਬ ਏ ਬੀ ਤੋਂ ਘੱਟ ਹੈ, ਕਿੰਨਾ ਘੱਟ ਹੈ ਮੈਂ ਚੈੱਕ ਕਰਾਂਗਾ ਦੋਨਾਂ ਨੂੰ ਮਾਈਨਸ ਕਰਕੇ, ਹੈ ਨਾ। ਫਿਰ ਥੱਲੇ ਕਿਹਦੀ ਵੈਲਿਊ ਆਏਗੀ ਜਿਹਦਾ ਕੱਢਣਾ, ਏ ਦਾ ਕੱਢਣਾ, ਇਸ ਕਰਕੇ ਏ ਨੇ ਥੱਲੇ ਨਹੀਂ ਆਉਣਾ, ਥੱਲੇ ਕਿੰਨੇ ਆਉਣਾ, ਬੀ ਨੇ। ਜਿਹਦਾ ਵੀ ਤੁਸੀਂ ਫਾਈਂਡ ਕਰਨਾ ਉਹਨੇ ਕਦੀ ਥੱਲੇ ਨਹੀਂ ਆਉਣਾ, ਤੁਸੀਂ ਇੰਨਾ ਦਿਮਾਗ 'ਚ ਰੱਖ ਲਓ, ਤੁਹਾਨੂੰ ਕਦੀ ਕਨਫਿਊਜ਼ਨ ਨਹੀਂ ਆਏਗੀ। ਹੁਣ ਕਦੀ ਵੀ ਮੋਰ ਪੁੱਛਿਆ ਹੋਏ, ਲੈਸ ਪੁੱਛਿਆ ਹੋਏ, ਇਹਨੂੰ ਮੈਥਮੈਟੀਕਲ ਟਰਮ 'ਚ ਆਪਾਂ ਬੋਲਦੇ ਹਾਂ। ਕਦੀ ਵੀ ਤੁਹਾਨੂੰ ਪਰਸੈਂਟੇਜ ਚੇਂਜ ਪੁੱਛੀ ਹੋਏ ਕਿ ਪਰਸੈਂਟੇਜ ਕਿੰਨੀ ਚੇਂਜ ਹੋਈ, ਅਤੇ ਉੱਪਰ ਹਮੇਸ਼ਾ ਤੁਸੀਂ ਕੀ ਲੈਣਾ, ਡਿਫਰੈਂਸ ਲੈਣਾ ਜਿਹੜੇ ਦੋ ਬੰਦਿਆਂ ਦੀ ਗੱਲ ਹੋ ਰਹੀ ਹੈ ਏ ਅਤੇ ਬੀ ਦੀ, ਤਾਂ ਥੱਲੇ ਹਮੇਸ਼ਾ ਉਹਨੂੰ ਲੈਣਾ ਜਿਹਦੇ ਨਾਲ ਕੰਪੇਅਰ ਕਰ ਰਹੇ ਹਾਂ, ਔਰ ਇੰਟੂ ਕਰ ਦੇਣਾ 100 ਦੇ ਨਾਲ। ਮੈਂ ਤੁਹਾਨੂੰ ਫਿਰ ਤੋਂ ਰਿਪੀਟ ਕਰ ਰਿਹਾ, ਕਨਫਿਊਜ਼ਨ ਹਮੇਸ਼ਾ ਤੁਹਾਨੂੰ ਉਹਦੇ 'ਚ ਹੋਣੀ ਹੈ, ਥੱਲੇ ਵਾਲੇ ਨੰਬਰ 'ਚ ਥੱਲੇ ਕਿਹੜਾ ਨੰਬਰ ਲਿਖਣਾ, ਜਿਹਦਾ ਕੱਢਣਾ ਉਹਨੇ ਥੱਲੇ ਨਹੀਂ ਆਉਣਾ, ਦੂਜੇ ਬੰਦੇ ਨੇ ਥੱਲੇ ਆਉਣਾ। ਜਿੱਦਾਂ ਮੈਂ ਇੱਥੇ ਦੇਖਣਾ ਦੋਨਾਂ ਦਾ ਡਿਫਰੈਂਸ ਮੇਰਾ 180 ਦਾ ਹੋਏਗਾ, ਉੱਪਰ ਲਿਖ ਲਿਆ, ਥੱਲੇ ਮੈਂ ਕੱਢਣਾ ਕਿਹਦਾ ਏ ਦਾ, ਕਿਉਂਕਿ ਏ ਨੂੰ ਥੱਲੇ ਨਹੀਂ ਆਉਣਾ, ਥੱਲੇ ਕਿਹਨੇ ਆਉਣਾ, ਬੀ ਨੇ, ਅਤੇ 540 ਥੱਲੇ ਤਾਂ ਗੁਣਾ ਕਰ ਦਾਂਗਾ 100 ਨੂੰ, ਅਤੇ ਇਹਦਾ ਤੁਸੀਂ ਸੋਲਵ ਕਰਕੇ ਜੋ ਵੀ ਤੁਹਾਡੀ ਵੈਲਿਊ ਬਣੇਗੀ। ਠੀਕ ਹੈ, ਕਨਸੈਪਟ ਸਮਝ ਆ ਗਿਆ, ਜਿਹਦਾ ਪਰਸੈਂਟੇਜ ਕੱਢਣਾ ਉਹਨੇ ਉੱਪਰ ਆਉਣਾ, ਜਿਹਦਾ ਕੱਢਣਾ ਉਹਨੇ ਥੱਲੇ ਨਹੀਂ ਆਉਣਾ, ਦੂਜੇ ਬੰਦੇ ਨੇ ਥੱਲੇ ਆਏਗਾ, ਤਾਂ ਗੁਣਾ ਕਰ ਦੇਣਾ 100 ਦੇ ਨਾਲ। ਠੀਕ ਹੈ, ਚਲੋ ਇਹ ਹੋ ਗਿਆ ਸਾਡਾ ਪਹਿਲਾ ਕਨਸੈਪਟ, ਇਹਦੇ ਉੱਪਰ ਹੀ ਸਾਡੀ ਪਹਿਲੀ ਟਾਈਪ ਬਣ ਜਾਂਦੀ ਹੈ। ਹੁਣ ਦੇਖਦੇ ਹਾਂ ਪਹਿਲੀ ਟਾਈਪ ਦਾ ਕੁਸ਼ਚਨ ਸਾਡੇ ਕੋਲ ਕੀ ਹੈਗਾ। ਠੀਕ ਹੈ, ਇੱਕ ਮਿੰਟ, ਇਹ ਕੁਸ਼ਚਨ ਤਾਂ ਸਾਨੂੰ ਪਹਿਲੀ ਟਾਈਪ ਦਾ ਕੁਸ਼ਚਨ 'ਚ ਕੀ ਕਹਿ ਰਿਹਾ, ਏਕ ਦਸ਼ਕ ਮੇਂ, 10 ਸਾਲ ਮੇਂ, ਏਕ ਸ਼ਹਿਰ ਕੀ ਜਨਸੰਖਿਆ 1,75,000 ਸੇ ਬੜਕਰ 2,62,500 ਹੋ ਗਈ, ਪ੍ਰਤੀ ਵਰਸ਼ ਜਨਸੰਖਿਆ ਮੇਂ ਔਸਤ ਪ੍ਰਤੀਸ਼ਤ ਕੀ ਵ੍ਰਿਧੀ ਬਤਾਏ ਕਿਤਨੀ ਹੋਈ ਹੈ। ਠੀਕ ਹੈ, ਕੀ ਕਹਿ ਰਿਹਾ, ਕਿਸੇ ਸ਼ਹਿਰ ਦੀ ਪਾਪੂਲੇਸ਼ਨ ਆਫ ਅ ਟਾਊਨ 1,75,000, 2,62,500 ਇਨ ਅ ਡੈਕੇਡ, 10 ਸਾਲ, ਐਵਰੇਜ ਪਰਸੈਂਟੇਜ ਇਨਕਰੀਜ ਕਿਆ ਹੋਈ, ਹਰ ਸਾਲ ਕਿਤਨਾ ਪਰਸੈਂਟ ਇਨਕਰੀਜ ਹੋਤੀ ਹੈ, ਤੋ ਕਿਆ ਪੁੱਛਣਾ ਉਸਸੇ, ਪਰਸੈਂਟੇਜ ਇਨਕਰੀਜ ਪੁੱਛਾ ਹੈ, ਇਨਕਰੀਜ ਕਾ ਮਤਲਬ ਪਰਸੈਂਟੇਜ ਕਿਤਨੀ ਬੜ ਗਈ, ਬੜਨੇ ਕਾ ਮਤਲਬ ਕਿਤਨੀ ਚੇਂਜ ਹੋਈ, ਤੋ ਜਬ ਵੀ ਚੇਂਜ ਨਿਕਾਲਣਾ ਤੋ ਕਿਆ ਕਰਨਾ, ਉੱਪਰ ਇਨ ਦੋਨੋਂ ਕਾ ਡਿਫਰੈਂਸ ਲਿਖਣਾ ਹੈ, 2,62,500 ਮਾਈਨਸ 1,75,000, ਡਿਫਰੈਂਸ ਆ ਗਿਆ ਉੱਪਰ। ਅਬ ਆਪਕੇ ਮਾਇੰਡ ਮੇ ਆਏਗਾ, ਯਾਰ ਨੀਚੇ ਕੌਨ ਸਾ ਨੰਬਰ ਲਿਖੂੰ, ਯੇ ਲਿਖੂੰ ਤੋ ਯੇ ਲਿਖੂੰ, ਕੰਪੈਰੀਜ਼ਨ ਕਿਸਸੇ ਹੋਤਾ ਹੈ, ਅਗਰ ਮੈਂ ਬੋਲੂੰ ਆਪਕੇ ਪਾਸ 100 ਰੁਪਿਆ ਹੈ, 150 ਹੋ ਗਿਆ, ਕਿਤਨਾ ਪਰਸੈਂਟ ਬੜਾ, ਤੋ ਕੰਪੇਅਰ ਕਿਸਸੇ ਕਰੋਗੇ, 100 ਸੇ ਕਰੋਗੇ ਕਿ 100 ਸੇ ਕਿਤਨਾ ਬੜ ਗਿਆ ਜਾਂ 100 ਸੇ ਕਿਤਨਾ ਕਮ ਹੋ ਗਿਆ, ਤੋ ਹਮੇਸ਼ਾ ਕੰਪੈਰੀਜ਼ਨ ਪਿਛਲੀ ਵੈਲਿਊ ਸਹੀ ਹੋਤਾ ਹੈ। ਠੀਕ ਹੈ, ਜਿਹੜੀ ਪਿੱਛੇ ਵਾਲੀ ਵੈਲਿਊ ਹੋਏਗੀ ਕੰਪੈਰੀਜ਼ਨ ਹਮੇਸ਼ਾ ਉਹਦੇ ਨਾਲ ਹੀ ਹੋਣਾ। ਠੀਕ ਹੈ, ਤੇ ਤੁਸੀਂ ਜਿਹੜੀ ਵੀ ਪਿਛਲੀ ਵੈਲਿਊ ਹੋਏਗੀ ਪੁਰਾਣੀ ਵੈਲਿਊ ਉਹਨੂੰ ਤੁਸੀਂ ਥੱਲੇ ਦੇ ਦੇਣਾ, 1,75,000 ਥੱਲੇ ਦੇਣਾ ਤੇ ਗੁਣਾ ਕਰ ਦੇਣਾ 100 ਦੇ ਨਾਲ। ਠੀਕ ਹੈ, ਸਮਝ ਗਏ, ਕਦੀ ਵੀ ਤੁਹਾਨੂੰ 2 ਇੱਦਾਂ ਦੀ ਵੈਲਿਊ ਆਏਗੀ ਇੱਥੋਂ ਵੱਧ ਕੇ ਇੰਨੀ ਹੋ ਗਈ, ਤੇ ਤੁਸੀਂ ਕੀ ਕਰਨਾ, ਹਮੇਸ਼ਾ ਪਿਛਲੀ ਵੈਲਿਊ ਨੂੰ ਹੀ ਥੱਲੇ ਲਿਖਣਾ, ਤੇ ਹੁਣ ਤੁਸੀਂ ਇਹਨੂੰ ਮਾਈਨਸ ਕਰੋਗੇ, ਉੱਪਰ ਆਏਗਾ 8,75,000, ਥੱਲੇ ਆਏਗਾ 1,75,000, ਔਰ ਇੰਟੂ ਕਰ ਦੇਣਾ 100 ਦੇ ਨਾਲ, ਇਹਦਾ ਡਬਲ ਹੈ, ਦੋ ਨਾਲ ਕੱਟਿਆ ਜਾਣਾ, ਇੱਥੇ ਆ ਜਾਂਦਾ 50%, 50% ਵੱਧ ਗਿਆ। ਤੁਸੀਂ ਆਪਸ਼ਨ ਚੈੱਕ ਕਰੋਗੇ, ਆਪਸ਼ਨ 'ਤੇ 50% ਹੈ ਹੀ ਨਹੀਂ ਹੈਗਾ, ਅਤੇ ਕਿਉਂ 50% ਨਹੀਂ ਹੈਗਾ, ਇਹ 50% ਓਵਰਆਲ ਵਧਿਆ, ਕਿੰਨੇ ਸਾਲਾਂ 'ਚ, 10 ਸਾਲਾਂ 'ਚ, ਉਹਨੇ ਐਵਰੇਜ ਪੁੱਛੀ, ਐਵਰੇਜ ਮਤਲਬ 1 ਸਾਲ, ਅਗਰ 10 ਸਾਲਾਂ 'ਚ 50 ਅਤੇ 1 ਸਾਲ 'ਚ ਕਿੰਨਾ ਵਧਿਆ ਹੋਏਗਾ, 5%, ਮੇਰਾ ਕੁਸ਼ਚਨ ਦਾ ਆਂਸਰ ਕੀ ਹੋ ਜਾਣਾ, 5%। ਸਮਝ ਗਏ ਨਾ ਕੀ ਕਰਨਾ, ਪਰਸੈਂਟੇਜ ਚੇਂਜ ਜਦੋਂ ਵੀ ਪੁੱਛੀ ਜਾਏਗੀ ਉੱਤੇ ਹਮੇਸ਼ਾ ਤੁਸੀਂ ਡਿਫਰੈਂਸ ਹੀ ਲਿਖਣਾ, ਥੱਲੇ ਹਮੇਸ਼ਾ ਪਿਛਲੀ ਵੈਲਿਊ ਆਉਣੀ ਹੈ, ਕੋਈ ਕੰਪੈਰੀਜ਼ਨ ਹਮੇਸ਼ਾ ਪਿਛਲੀ ਵੈਲਿਊ ਦੇ ਨਾਲ ਹੀ ਹੁੰਦਾ ਹੈ। ਠੀਕ ਹੈ, ਕਲੀਅਰ ਹੈ, ਚਲੋ ਇਹ ਹੋ ਗਿਆ ਸਾਡਾ ਪਹਿਲਾ ਕਨਸੈਪਟ, ਪਹਿਲੀ ਟਾਈਪ ਵੀ ਕਹਿ ਸਕਦੇ ਹੋ।
ਅਗਲੇ ਆਉਂਦੇ ਹਾਂ ਅਗਲੇ ਕਨਸੈਪਟ ਦੇ ਉੱਪਰ। ਹਾਲੇ ਸਿਰਫ ਕਨਸੈਪਟ ਸਮਝਾ ਰਿਹਾ, ਟਾਈਪ ਆਫ ਕੁਸ਼ਚਨ ਨਹੀਂ ਸਟਾਰਟ ਕੀਤੇ ਮੈਂ, ਸਿਰਫ ਕਨਸੈਪਟ ਜਿਹੜੇ ਸਾਨੂੰ ਕੰਮ ਆਉਣੇ ਆ। ਹੁਣ ਮੰਨ ਲਓ ਤੁਹਾਨੂੰ ਦਿੱਤਾ ਕਿ ਏ ਦੀ ਜਿਹੜੀ ਸੈਲਰੀ ਹੈ ਉਹ ਹੈਗੀ ਹੈ 640। ਅਗਰ ਏ ਦੀ ਸੈਲਰੀ ਇਨਕਰੀਜ਼ ਹੋ ਜਾਵੇ 20%, ਦੱਸੋ ਕਿੰਨੀ ਬਣ ਜਾਏਗੀ? ਅਗਰ ਏ ਕਾ ਵੇਤਨ 20% ਵੱਧ ਜਾਤਾ ਹੈ ਤੋ ਕਿਤਨਾ ਬਣ ਜਾਤਾ ਹੈ ਵੇਤਨ? ਸਾਨੂੰ ਤਾਂ 640, 640 ਨੂੰ 20% ਵਧਾਉਣਾ ਹੈ। ਤੇ ਮੈਨੂੰ ਪਤਾ ਯਾਰ 640 ਦਾ 20% ਵਧਾਉਣਾ ਤੇ ਮੈਂ 640 ਦਾ 20% ਕੱਢ ਲੈਣਾ, ਕਿੰਨਾ ਹੁੰਦਾ? ਤੇ 640 ਦਾ ਅਗਰ ਮੈਂ 20% ਕੱਢਾਂ, ਮੇਰੀ ਵੈਲਿਊ ਆਉਂਦੀ ਹੈ 128। ਇਸਦਾ ਮਤਲਬ 128 ਵੱਧ ਜਾਣਾ। ਹੁਣ 640 ਪਹਿਲੇ ਹੀ ਸੈਲਰੀ ਹੈ, ਇਹਦੀ 128 ਵੱਧ ਜਾਣੀ ਹੈ। ਇਸਦਾ ਮਤਲਬ ਜਿਹੜੀ ਸੈਲਰੀ ਹੈ ਉਹ ਕਿੰਨੀ ਹੋ ਜਾਣੀ ਹੈ? 768, 768 ਜਿਹੜੀ ਹੈ ਉਹਦੀ ਸੈਲਰੀ ਬਣ ਜਾਣੀ ਹੈ। ਹੁਣ ਕੁਸ਼ਚਨ ਚੱਕ ਲਓ, ਪੁੱਛ ਲਏ ਕਿ 20% ਤੇ ਹਰ ਸਾਲ ਵੱਧਦੀ ਹੈ, ਦੱਸੋ 3 ਸਾਲ ਬਾਅਦ ਕਿੰਨੀ ਹੋ ਜਾਏਗੀ? ਹੁਣ ਮੈਂ ਐ ਤਾਂ ਕਰਾਂਗਾ ਨਹੀਂ, ਪਹਿਲੇ 20% ਕਰਕੇ ਪਲੱਸ ਕੀਤਾ, ਫਿਰ ਇਹਦਾ 20% ਕੱਢਾਂਗਾ, ਫਿਰ ਇਹ 'ਚ ਪਲੱਸ ਕਰਾਂਗਾ, ਫਿਰ ਉਹਦਾ 20% ਕੱਢਾਂਗਾ, ਫਿਰ ਪਲੱਸ ਕਰਾਂਗਾ, ਫਿਰ ਤਾਂ ਬਹੁਤ ਲੈਂਥੀ ਕੁਸ਼ਚਨ ਹੋ ਜਾਏਗਾ ਮੇਰੇ ਲਈ। ਕਿੱਦਾਂ ਕਰਾਂਗਾ ਇਸ ਕੁਸ਼ਚਨ ਨੂੰ ਸੋਲਵ? ਸਿੰਪਲ ਜੀ ਚੀਜ਼ ਹੈ, ਅਗਰ 20% ਮੇਰੇ ਲਈ ਜੋ ਵੀ ਚੀਜ਼ ਹੈ ਉਹ ਅੱਜ ਮੇਰੇ ਲਈ 100% ਹੈ, ਜੋ ਵੀ ਮੇਰੀ ਸੈਲਰੀ ਹੈਗੀ ਹੈ ਮੇਰੇ ਲਈ ਪੂਰੀ ਕੰਪਲੀਟ 100% ਹੈ, ਅਗਰ ਇਹ 'ਚ 20% ਵੱਧ ਜਾਏਗੀ ਤਾਂ ਕਿੰਨੀ ਬਣ ਜਾਏਗੀ? 120% ਵੱਧ ਜਾਏਗੀ। ਅਗਰ 20% ਕੱਟ ਜਾਏਗੀ ਤਾਂ ਕਿੰਨੀ ਬਣ ਜਾਏਗੀ? 80% ਬਣ ਜਾਏਗੀ। ਮਤਲਬ ਪਰਸੈਂਟੇਜ ਨੂੰ ਤੁਸੀਂ ਹਮੇਸ਼ਾ 100 ਦੇ ਨਾਲ ਕੰਪੇਅਰ ਕਰਨਾ ਹੈ। 20 ਵੱਧ ਗਈ 100+ 20, 20 ਕੱਟ ਗਈ 100-20, ਅਤੇ ਮਤਲਬ 640 ਅਗਰ ਸੈਲਰੀ ਹੈ, ਇਹ ਅਗਰ 20% ਵੱਧ ਜਾਏਗੀ, ਇਸਦਾ ਮਤਲਬ ਇਹਨੇ 120% ਬਣ ਜਾਣਾ। ਠੀਕ ਹੈ, ਸਿੰਪਲ, 20 ਵਧੀ ਤਾਂ ਸੋਚ ਪਲੱਸ ਕਰ ਦੇਣਾ, 20 ਕੱਟੀ ਤਾਂ ਸੋਚ ਮਾਈਨਸ ਕਰ ਦੇਣਾ। ਅਗਰ ਮੈਂ ਤੁਹਾਨੂੰ ਪੁੱਛਿਆ 10% ਵੱਧ ਗਈ, ਤਾਂ ਵੱਧ ਗਈ ਮਤਲਬ 10, 110, 10% ਕੱਟ ਗਈ ਤਾਂ ਮਤਲਬ 100-10 ਤਾਂ 90। ਠੀਕ ਹੈ, ਉਹਦੇ ਨਾਲ ਮਲਟੀਪਲਾਈ ਕਰ ਦੇਣਾ। ਹੁਣ ਇਹ ਤਾਂ ਮੇਰੀ ਡਾਇਰੈਕਟ ਵੈਲਿਊ ਆ ਜਾਏਗੀ, ਮੈਂ ਸੋਲਵ ਕਰਕੇ 768। ਠੀਕ ਹੈ, ਕਿ ਅਗਰ ਮੈਂ 20% ਕੱਢਦਾ ਤਾਂ ਮੈਨੂੰ ਕੀ ਮਿਲਦਾ? ਸੈਲਰੀ ਜਿਹੜੀ ਹੈ ਉਹ ਵਧਣੀ ਕਿੰਨੀ ਹੈ? ਅਗਰ ਮੈਂ ਡਾਇਰੈਕਟ 120 ਨਾਲ ਮਲਟੀਪਲਾਈ ਕਰਦਾ ਤਾਂ ਮੈਨੂੰ ਕੀ ਮਿਲਦਾ? ਸੈਲਰੀ ਜਿਹੜੀ ਹੈ ਉਹ ਬਣ ਕਿੰਨੀ ਜਾਏਗੀ, ਬਿਕਮ ਕਿੰਨੀ ਹੋ ਜਾਏਗੀ? ਠੀਕ ਹੈ, ਇਹ ਫਰਕ ਹੈ। 20% ਕੱਢਣਾ ਮਤਲਬ ਮੈਨੂੰ ਇਹ ਪਤਾ ਲੱਗਾ ਸੈਲਰੀ ਵਧਣੀ ਕਿੰਨੀ ਹੈ, 120 ਕੱਢਣਾ ਮਤਲਬ ਵੱਧ ਕੇ ਕਿੰਨੀ ਹੋ ਜਾਏਗੀ, ਡਾਇਰੈਕਟਲੀ ਮੇਰੇ ਕੋਲ ਵੈਲਿਊ ਆ ਜਾਏਗੀ। ਕੁਸ਼ਚਨ 'ਚ ਅਗਰ ਕਹੇਗਾ 2 ਸਾਲ ਬਾਅਦ ਦੱਸੋ ਕਿੰਨੀ ਹੋ ਜਾਏਗੀ, ਤਾਂ ਮੈਨੂੰ 2 ਵਾਰੀ ਮਲਟੀਪਲਾਈ ਕਰ ਦੇਣਾ, ਇੱਕ ਵਾਰੀ ਹੋਰ 120/100 ਨਾਲ ਮਲਟੀਪਲਾਈ ਕਰ ਦੇਣਾ 640 ਨੂੰ, 3 ਸਾਲ ਤਾਂ 3 ਵਾਰੀ ਮਲਟੀਪਲਾਈ ਕਰ ਦੇਣਾ। ਠੀਕ ਹੈ, ਪ੍ਰੋਪਰ ਕੁਸ਼ਚਨ ਲੈਣਾ, ਫਿਰ ਮੈਂ ਤੁਹਾਨੂੰ ਸਮਝਾਉਣਾ। ਕੁਸ਼ਚਨ ਤੁਹਾਨੂੰ ਐਗਜ਼ਾਮ 'ਚ ਕੁਛ ਇਸ ਤਰੀਕੇ ਦਾ ਪੁੱਛਦਾ, ਇਹ ਕੁਸ਼ਚਨ ਹੈ। ਠੀਕ ਹੈ, ਐਗਜ਼ਾਮ ਤੁਹਾਨੂੰ ਕੁਸ਼ਚਨ ਪੁੱਛੇਗਾ ਉਹ ਕਿ ਦ ਵੈਲਿਊ ਆਫ ਮਸ਼ੀਨ, ਮਸ਼ੀਨ ਦੀ ਵੈਲਿਊ ਡੈਪਰੀਸ਼ੀਏਟ, ਡੈਪਰੀਸ਼ੀਏਟ ਮਤਲਬ ਘੱਟ ਜਾਂਦੀ ਹੈ ਹਰ ਸਾਲ ਕਿੰਨੀ? 5% ਘੱਟ ਜਾਂਦੀ ਹੈ। ਦ ਪ੍ਰੈਜੈਂਟ ਵੈਲਿਊ ਆਫ ਦ ਮਸ਼ੀਨ, ਅੱਜ ਜਿਹੜੀ ਮਸ਼ੀਨ ਦੀ ਵੈਲਿਊ ਹੈਗੀ ਆ ਉਹ ਹੈਗੀ 1 ਲੱਖ, ਦੱਸੋ ਇਟਸ ਵੈਲਿਊ 2 ਸਾਲ ਬਾਅਦ ਜਿਹੜੀ ਹੈ ਉਹਦੀ ਵੈਲਿਊ ਕਿੰਨੀ ਬਣ ਜਾਏਗੀ? ਠੀਕ ਹੈ, ਕੀ ਕਰਨਾ? 5% ਘੱਟ ਜਾਂਦੀ, 5% ਘੱਟਦੀ ਮਤਲਬ 100-5 ਤੇ 95, ਇਸਦਾ ਮਤਲਬ ਅੱਜ ਅਗਰ ਉਹਦੀ ਵੈਲਿਊ 1 ਲੱਖ ਹੈ ਤਾਂ ਅਗਲੇ ਸਾਲ ਕੀ ਹੋ ਜਾਏਗਾ? 5% ਵੈਲਿਊ ਘੱਟ ਜਾਏਗੀ ਤਾਂ ਕਿੰਨੀ ਹੋ ਜਾਏਗੀ? 95% ਹੋ ਜਾਏਗੀ। ਹੁਣ 2 ਸਾਲ ਹੈ ਤਾਂ ਮੈਂ 2 ਵਾਰ ਮਲਟੀਪਲਾਈ ਕਰ ਦਾਂਗਾ। ਠੀਕ ਹੈ, ਸਮਝ ਗਏ? ਅਗਰ ਉਹਨੇ ਕਿਹਾ ਕਿ 5% ਵੱਧ ਜਾਂਦੀ ਹੈ ਤਾਂ ਫਿਰ 105 ਨਾਲ ਮਲਟੀਪਲਾਈ ਕਰਾਂਗਾ, 2 ਸਾਲ 2 ਵਾਰੀ ਕਰਾਂਗਾ, 3 ਸਾਲ 3 ਵਾਰੀ ਕਰਾਂਗਾ। ਹੁਣ ਤੁਸੀਂ ਇਹਨੂੰ ਸੋਲਵ ਕਰੋਗੇ, 4 ਦੇ ਉੱਥੋਂ ਕੱਢ ਜਾਏਗੀ, 95 ਦਾ ਜਿਹੜਾ ਸਕੇਅਰ ਹੁੰਦਾ 9025 ਹੁੰਦਾ, ਨਾਲ ਦੇ 1 0 ਬਚੀ ਹੋਈ ਹੈ ਉਹ ਲਗਾ ਦਾਂਗੇ ਤੇ 90,250 ਰੁਪਈਏ ਜਿਹੜੀ ਹੈ ਮਸ਼ੀਨ ਦੀ ਵੈਲਿਊ ਹੋ ਜਾਣੀ ਹੈ ਅੱਜ ਤੋਂ 2 ਸਾਲ ਬਾਅਦ, ਕਿਉਂਕਿ ਵੈਲਿਊ ਹਰ ਸਾਲ 5% ਘੱਟਦੀ ਜਾ ਰਹੀ ਹੈ। ਕਲੀਅਰ ਹੈ ਇਹ ਵਾਲਾ ਕਨਸੈਪਟ? ਕਲੀਅਰ ਹੈ, ਇਹ ਸਾਡੀ ਪਹਿਲੀ ਟਾਈਪ ਸੀਗੀ। ਹੁਣ ਇਸ ਕੁਸ਼ਚਨ ਦੇ ਵਿੱਚ ਕੀ ਹੁੰਦਾ, ਇਹਨੇ ਪਰੀਖਿਆ ਬੋਲਿਆ ਆਫਟਰ। ਹੁਣ ਇਹਦੇ ਵਿੱਚ ਹੀ ਪੁੱਛ ਸਕਦਾ 2 ਈਅਰ ਅਗੋ, ਤੁਸੀਂ ਇਹ ਦੱਸੋ ਸਾਨੂੰ ਇਹਨਾਂ ਦਾ ਪਤਾ ਮਸ਼ੀਨ ਦੀ ਵੈਲਿਊ ਹਰ ਸਾਲ 5% ਘੱਟਦੀ ਹੈ ਤੇ ਅੱਜ ਤੱਕ 2 ਸਾਲ ਪਹਿਲੇ ਕਿੰਨੀ ਸੀਗੀ, ਅਗਰ ਅੱਜ 1 ਲੱਖ ਰੁਪਏ ਵੈਲਿਊ ਹੈਗੀ ਹੈ ਤੇ ਫਿਰ ਕੀ ਕਰਨਾ? ਜਦੋਂ ਅਗੋ ਹੋਏਗਾ ਸਾਡੇ ਦਿਮਾਗ 'ਚ ਇਹ ਚੀਜ਼ ਆ ਜਾਂਦੀ ਹੈ ਕਿ ਉਹ ਪਿੱਛੇ ਜਾਣਾ, 5% ਘੱਟਦੀ ਆ ਰਹੀ ਹੈ ਤੇ 5% ਵਧਾਉਂਦੇ ਜਾਂਦੇ ਹਾਂ, ਨਹੀਂ 5% ਵਧਾਉਣਾ ਨਹੀਂ ਹੈ।
ਤੁਹਾਨੂੰ ਮੈਂ ਇੱਥੇ ਲਿਖ ਦਿੰਦਾ, ਤੁਸੀਂ ਵੀ ਨੋਟ ਕਰ ਲਿਓ, ਕਦੀ ਵੀ ਆਫਟਰ ਪੁੱਛਿਆ ਹੋਏ, ਹਿੰਦੀ 'ਚ ਬਾਅਦ ਪੁੱਛਿਆ ਹੋਏ, ਅਤੇ ਜਿਹੜੀ ਫਰੈਕਸ਼ਨ ਹੈ ਨਾ, ਫਰੈਕਸ਼ਨ ਉਹ ਤੁਸੀਂ ਸਿੱਧੀ ਰੱਖਣੀ ਹੈ, ਸਟਰੇਟ ਰੱਖਣੀ ਹੈ। ਅਤੇ ਜਦੋਂ ਵੀ ਅਗੋ ਪੁੱਛਿਆ ਹੋਏ ਜਾਂ ਪਹਿਲੇ ਪੁੱਛਿਆ ਹੋਏ, ਠੀਕ ਹੈ, 2 ਸਾਲ ਪਹਿਲੇ ਕਿਤਨੀ ਸੀ, ਅਤੇ ਫਰੈਕਸ਼ਨ ਨੂੰ ਤੁਸੀਂ ਕੀ ਕਰਨਾ, ਉਲਟਾ ਕਰ ਦੇਣਾ ਹੈ। ਸਮਝੇ, ਕਰਨਾ 5 ਘੱਟ ਰਿਹਾ, 5% ਘੱਟ ਦੀ ਵੈਲਿਊ ਤਾਂ 95 ਹੀ ਕਰਨਾ, ਬਟ ਮੈਂ ਉਲਟਾ ਕਰ ਦੇਣਾ, ਜੋ ਵੀ 1 ਲੱਖ ਸੀਗਾ ਉਹਨੂੰ ਮਲਟੀਪਲਾਈ ਕਰ ਦੇਣਾ ਉੱਪਰ 100 ਅਤੇ ਥੱਲੇ 95। 2 ਸਾਲ ਪਹਿਲੇ ਦੀ ਪੁੱਛੀ ਹੈ ਤਾਂ 2 ਵਾਰ ਮਲਟੀਪਲਾਈ ਕਰ ਦੇਣਾ। ਸਮਝ ਗਏ, ਕਦੀ ਵੀ ਤੁਸੀਂ ਅੱਗੇ ਵਾਲੀ ਵੈਲਿਊ ਕੱਢਣੀ ਆ, ਆਉਣ ਵਾਲੀ ਵੈਲਿਊ ਕੱਢਣੀ ਹੈ ਤਾਂ ਫਰੈਕਸ਼ਨ ਸਿੱਧੀ ਰਹਿਣੀ ਹੈ, ਬਟ ਅਗਰ ਤੁਸੀਂ ਪਹਿਲੀ ਵੈਲਿਊ ਪਤਾ ਕਰਨੀ, ਪਿਛਲੀ ਵੈਲਿਊ ਪਤਾ ਕਰਨੀ, ਤਾਂ ਫਰੈਕਸ਼ਨ ਤੁਸੀਂ ਉਲਟਾ ਕਰ ਦੇਣਾ, ਉੱਪਰ 100 ਕਰ ਦੇਣਾ, ਥੱਲੇ 95 ਕਰ ਦੇਣਾ। ਅਗਰ ਇਹ ਘੱਟ ਰਿਹਾ ਤਾਂ ਘੱਟ ਹੀ ਕਰਨਾ, 95 ਹੀ ਲਿਖਣਾ, ਵੱਧ ਰਿਹਾ ਤਾਂ ਵੱਧ ਹੀ ਲਿਖਣਾ, 105 ਹੀ ਲਿਖਣਾ, ਬਟ ਲਿਖਣਾ ਉਲਟਾ ਆ। ਸਮਝ ਗਿਆ, ਹੁਣ ਇਹਨੂੰ ਕੈਲਕੂਲੇਟ ਤੋਂ ਕੈਂਸਲ ਨਹੀਂ ਹੋਣਾ, ਤੁਹਾਨੂੰ ਕੰਸੈਪਟ ਸਮਝਾਉਣਾ ਸੀ, ਆਈ ਹੋਪ ਤੁਸੀਂ ਕੰਸੈਪਟ ਸਮਝ ਗਏ ਹੋਣੇ ਆ। ਹੁਣ ਇਹਦੇ ਉੱਪਰ ਇੱਕ ਕੁਸ਼ਚਨ ਲੈਂਦੇ ਹਾਂ ਪ੍ਰੋਪਰ। ਦੇਖੋ, ਇਹ ਪ੍ਰੋਪਰ ਕੁਸ਼ਚਨ ਦਿੱਤਾ ਤੁਹਾਨੂੰ, ਕਹਿ ਰਿਹਾ ਪ੍ਰੈਜੈਂਟ ਵੈਲਿਊ ਆਫ ਮਸ਼ੀਨ, 1 ਸੈਕਿੰਡ, ਠੀਕ ਹੈ, ਕਹਿ ਰਿਹਾ ਪ੍ਰੈਜੈਂਟ ਵੈਲਿਊ ਆਫ ਮਸ਼ੀਨ, ਮਸ਼ੀਨ ਦੀ ਪ੍ਰੈਜੈਂਟ ਵੈਲਿਊ 7,29,000 ਹੈਗੀ ਹੈ, ਇਟ ਐਨੂਅਲੀ ਡਿਕਰੀਜ਼, ਹਰ ਸਾਲ ਜਿਹੜੀ ਵੈਲਿਊ ਘੱਟਦੀ ਕਿੰਨੀ, 10%, ਉਹਦੀ ਵੈਲਿਊ ਦੱਸੋ ਆਫਟਰ 2 ਈਅਰ, 2 ਸਾਲ ਬਾਅਦ ਵੀ, ਐਂਡ ਅਗੋ 2 ਈਅਰ, 2 ਸਾਲ ਪਹਿਲੇ ਵੀ, ਦੋਨੇ ਵੈਲਿਊ ਦੱਸੀਆਂ, ਅੱਜ ਤੋਂ 2 ਸਾਲ ਬਾਅਦ ਕਿੰਨੀ ਹੋ ਜਾਏਗੀ ਜਾਂ ਅੱਜ ਤੋਂ 2 ਸਾਲ ਪਹਿਲੇ ਕਿੰਨੀ ਸੀਗੀ। ਹੁਣ ਮੈਨੂੰ ਪਤਾ ਕਿ ਅਗਰ ਮੈਂ ਆਫਟਰ ਦੀ ਕੱਢਣੀ ਹੈ ਤਾਂ ਫਰੈਕਸ਼ਨ ਜਿਹੜੀ ਆ ਉਹ ਸਿੱਧੀ ਰਹਿਣੀ ਹੈ ਨਾ, 10% ਘਟਣਾ ਮਤਲਬ 90, 2 ਸਾਲ ਅਤੇ 2 ਵਾਰੀ, ਠੀਕ ਹੈ। ਹੁਣ ਜਦੋਂ ਅਗੋ ਕੱਢਣਾ, ਪਹਿਲੇ ਦੀ ਕੱਢਣੀ ਹੈ, ਜਦੋਂ ਪਹਿਲੇ ਦੀ ਕੱਢਣੀ ਹੈ ਮੈਨੂੰ ਪਤਾ ਮੈਨੂੰ ਪਿੱਛੇ ਜਾਣਾ ਪੈਣਾ, ਤਾਂ ਫਰੈਕਸ਼ਨ ਕੀ ਹੋ ਜਾਣੀ, ਉਲਟੀ ਹੋ ਜਾਣੀ, ਉੱਪਰ 100 ਹੋ ਜਾਣਾ ਅਤੇ ਥੱਲੇ ਮਾਈਨਸ ਹੈ ਤਾਂ ਮਾਈਨਸ ਹੀ ਰਹਿਣਾ, 90 ਦਾ 90 ਹੀ ਰਹਿਣਾ। ਹੁਣ ਇਹਨੂੰ ਤੁਸੀਂ ਸੋਲਵ ਕਰਨਾ, 2 0 ਉੱਧਰ ਕੈਂਸਲ ਹੋਣਗੀਆਂ, 1 ਹੋਰ ਕੈਂਸਲ ਹੋ ਜਾਏਗੀ, 1 ਹੋਰ ਕੈਂਸਲ ਹੋ ਜਾਏਗੀ, ਇਹਨੂੰ ਤੁਸੀਂ ਮਲਟੀਪਲਾਈ ਕਰੋਗੇ, ਤੁਹਾਡੀ ਵੈਲਿਊ ਬਣੇਗੀ 590490, ਤੁਸੀਂ ਇਹਨੂੰ ਸੋਲਵ ਕਰੋਗੇ, 2 0 ਕੈਂਸਲ, ਇਹਨੂੰ ਕੈਂਸਲ ਕਰੋਗੇ 81 ਨਾਲ ਕੈਂਸਲ, ਇਹਨੂੰ ਕੈਂਸਲ ਕਰੋਗੇ 9 ਨਾਲ ਕੈਂਸਲ, ਤਾਂ 9 ਲੱਖ। ਅਤੇ ਅੱਜ ਤੋਂ 2 ਸਾਲ ਪਹਿਲੇ ਜਿਹੜੀ ਮਸ਼ੀਨ ਦੀ ਵੈਲਿਊ ਸੀ 9 ਲੱਖ ਸੀਗੀ, ਅੱਜ ਹੋ ਗਈ 7,29,000, ਅਤੇ ਅੱਜ ਤੋਂ 2 ਸਾਲ ਬਾਅਦ ਹੋ ਜਾਏਗੀ 590490। ਸਮਝ ਕੇ, ਜਦੋਂ ਬਾਅਦ ਦੀ ਕੱਢਣੀ ਹੈ ਫਰੈਕਸ਼ਨ ਸਿੱਧੀ, ਜਦੋਂ ਪਹਿਲੇ ਦੀ ਕੱਢਣੀ ਹੈ ਫਰੈਕਸ਼ਨ ਤੁਸੀਂ ਕਰ ਦੇਣਾ ਉਲਟਾ। ਕਲੀਅਰ ਇੱਥੇ ਤੱਕ? ਚਲੋ, ਇਹ ਹੋ ਗਈ ਸਾਡੀ ਇੱਕ ਟਾਈਪ, ਹੁਣ ਚਲਦੇ ਹਾਂ ਅਗਲੀ ਟਾਈਪ ਦੇ ਉੱਪਰ, ਠੀਕ ਹੈ। ਪ੍ਰੈਕਟਿਸ ਵਾਸਤੇ ਕੁਸ਼ਚਨ ਹੈ, ਤੁਸੀਂ ਤਾਂ ਸਕਰੀਨਸ਼ਾਟ ਲੈ ਕੇ ਅਗਰ ਕੱਢਣਾ ਚਾਹੋ ਤੁਸੀਂ ਕੱਢ ਸਕਦੇ ਹੋ। ਆਪਾਂ ਇਹਦੀ ਕੁਸ਼ਚਨ ਉਹੀ ਟਾਈਪ 'ਤੇ ਹੈਗਾ, ਕੁਸ਼ਚਨ ਦਿੱਤਾ ਤੁਹਾਨੂੰ, ਇਹਦੇ ਆਪਸ਼ਨ ਦਿੱਤੇ ਆ, ਟਰਾਈ ਕਰਕੇ ਦੇਖਿਓ ਕੀ ਤੁਹਾਡਾ ਆਂਸਰ ਆਉਂਦਾ। ਉਸ ਤੋਂ ਅੱਗੇ ਆਉਂਦੇ ਹਾਂ ਹੁਣ ਪਹਿਲੀ ਟਾਈਪ 'ਤੇ, ਇਹ ਸੀਗੇ ਕੰਸੈਪਟ ਹਾਲੇ ਤੱਕ, ਠੀਕ ਹੈ। ਉਹਨੂੰ ਤੁਸੀਂ ਪਹਿਲੀ ਟਾਈਪ ਵੀ ਮੰਨ ਸਕਦੇ ਹੋ ਕੁਸ਼ਚਨ ਨੂੰ, ਕੁਸ਼ਚਨ ਇਗਜ਼ਾਮ 'ਚੋਂ ਆਉਂਦਾ, ਬਹੁਤ ਵਾਰ ਆਇਆ ਹੋਇਆ ਮਸ਼ੀਨ ਵਾਲਾ। ਹੁਣ ਆਪਾਂ ਪਹਿਲਾਂ ਸਮਝਦੇ ਹਾਂ ਇੱਕ ਹੈਗੀ ਪਹਿਲੀ ਟਾਈਪ, ਕੁਸ਼ਚਨ 'ਚ ਕੀ ਕਹਿ ਰਿਹਾ ਸਾਨੂੰ, 2 ਸੰਖਿਆਏ ਤੀਸਰੀ ਸੰਖਿਆ ਸੇ 30% ਔਰ 37% ਕਮ ਹੈ। ਕੋਈ 2 ਨੰਬਰ ਹੈਗੇ ਆ ਜਿਹੜੇ ਕਿਸੇ ਤੀਸਰੇ ਨੰਬਰ ਤੋਂ, ਸਾਨੂੰ ਨਹੀਂ ਪਤਾ ਤੀਜਾ ਨੰਬਰ ਕਿੰਨਾ, ਉਹਦੇ ਤੋਂ 30% ਤੇ 37% ਘੱਟ ਹੈ। ਕਹਿੰਦਾ ਫਿਰ ਦੂਸਰਾ ਨੰਬਰ ਪਹਿਲੇ ਨੰਬਰ ਸੇ ਕਿੰਨਾ ਪ੍ਰਤੀਸ਼ਤ ਕਮ ਹੈ, ਸੋ ਦੂਜਾ ਨੰਬਰ ਪਹਿਲੇ ਨਾਲੋਂ ਕਿੰਨਾ ਘੱਟ ਹੈ, ਇਹ ਸਾਨੂੰ ਦੱਸਣਾ। ਕਦੀ ਵੀ ਜਦੋਂ ਕੁਸ਼ਚਨ ਆ ਜਾਣਾ 2 ਤੀਜੇ ਤੋਂ ਘੱਟ ਹੈ, ਪਹਿਲਾ ਦੂਜੇ ਤੋਂ ਘੱਟ ਹੈ, ਤਾਂ ਸਾਨੂੰ ਦੂਜੇ ਦਾ ਪਤਾ ਹੀ ਨਹੀਂ, ਆਪਾਂ ਹੀ ਕਰਾਂਗੇ ਉਸ ਕੇਸ ਅਜ਼ਿਊਮ ਕਰ ਲਾਂਗੇ। ਤੀਜੇ ਤੋਂ ਘੱਟ ਹੈ ਤਾਂ ਮੈਂ ਅਜ਼ਿਊਮ ਕਰ ਲਾਂਗਾ ਤੀਜਾ ਨੰਬਰ ਜਿਹੜਾ ਮੇਰਾ ਕਿੰਨਾ 100 ਹੈਗਾ। ਅਗਰ ਤੀਜਾ 100 ਹੈ ਤੁਸੀਂ ਕਹਿ ਰਿਹਾ ਪਹਿਲਾ ਨੰਬਰ ਜਿਹੜਾ ਇਹਤੋਂ 30 ਘੱਟ ਹੈ, 100 ਤੋਂ 30 ਘੱਟ ਮਤਲਬ 70, ਦੂਜਾ ਨੰਬਰ ਕਿੰਨਾ ਘੱਟ ਹੈ 37 ਪਹਿਲੇ ਤੋਂ ਹੀ, ਤਾਂ ਦੂਜਾ ਨੰਬਰ ਜਿਹੜਾ ਉਹ ਪਹਿਲੇ ਤੋਂ ਮਤਲਬ ਇਹਦੇ ਤੋਂ 37 ਘੱਟ ਹੈ, ਇਹਤੋਂ 37 ਮਾਈਨਸ ਕਰੋਗੇ ਤਾਂ ਕਿੰਨਾ ਆਜੇਗਾ 63 ਆਜੇਗਾ। ਹੁਣ ਕੁਸ਼ਚਨ ਦੇ ਵਿੱਚ ਉਹੀ ਪਰਸੈਂਟੇਜ ਵਾਲਾ ਕੰਸੈਪਟ ਆ ਗਿਆ ਜੋ ਤੁਹਾਨੂੰ ਸਟਾਰਟਿੰਗ 'ਚ ਸਮਝਾਇਆ ਸੀ ਮੈਂ, ਜਿਹਦੀ ਕੱਢਣੀ ਪਰਸੈਂਟੇਜ ਉਹਨੂੰ ਉੱਪਰ ਲਿਖਣਾ। ਹੁਣ ਕੀ ਕਹਿ ਰਿਹਾ, ਦੂਸਰਾ ਨੰਬਰ ਪਹਿਲੇ 'ਚ ਕਿੰਨਾ ਪ੍ਰਤੀਸ਼ਤ ਕਮ ਹੈ ਜ਼ਿਆਦਾ ਹੈ, ਉੱਤੇ ਕੀ ਆਉਂਦਾ ਹਮੇਸ਼ਾ ਡਿਫਰੈਂਸ ਆਉਂਦਾ, ਕਿਹਨਾਂ ਦਾ, ਜਿਹਨਾਂ ਦੀ ਗੱਲ ਹੋ ਰਹੀ ਹੈ, ਦੂਸਰੇ ਦੀ ਅਤੇ ਪਹਿਲੇ ਦੀ, ਦੂਜੇ ਅਤੇ ਪਹਿਲੇ ਦਾ ਡਿਫਰੈਂਸ ਕਿੰਨਾ, 7 ਉੱਪਰ ਆ ਗਿਆ।
ਥੱਲੇ ਕਿਹਦੀ ਵੈਲਿਊ ਆਣੀ ਹੈ, ਜਿਹਦਾ ਕੱਢਣਾ ਉਹਨੇ ਥੱਲੇ ਨਹੀਂ ਆਉਣਾ, ਕਿਹਦਾ ਕੱਢਣਾ ਦੂਜੇ ਨੰਬਰ ਦਾ ਕੱਢਣਾ, ਕਿਉਂਕਿ ਦੂਜੇ ਨੂੰ ਥੱਲੇ ਨਹੀਂ ਆਉਣਾ, ਥੱਲੇ ਕਿਹਨੇ ਆਉਣਾ ਪਹਿਲੇ ਨੇ, ਅਤੇ 70 ਥੱਲੇ ਆ ਗਿਆ, ਗੁਣਾ 100 ਕਰ ਦਿਉ, 7 ਨਾਲ 7 ਕੱਟ ਗਿਆ, ਅੰਤ ਤੁਹਾਡਾ ਹੋ ਜਾਣਾ 10%, ਠੀਕ ਹੈ, 10% ਜਿਹੜਾ ਦੂਜਾ ਨੰਬਰ ਪਹਿਲੇ ਨੰਬਰ ਨਾਲੋਂ ਕੀ ਹੈਗਾ, ਘੱਟ ਹੈਗਾ। ਸਮਝ ਗਏ ਇੱਥੇ ਤੱਕ ਕਿ ਸਿੰਪਲ ਤੀਜੇ ਨੰਬਰ ਨੂੰ ਆਪਾਂ 100 ਮੰਨ ਲੈਣਾ, ਉਹਦੇ ਬਿਹਾਫ 'ਤੇ ਸਾਨੂੰ ਪਹਿਲਾਂ ਵੀ ਪਤਾ ਲੱਗ ਜਾਣਾ, ਦੂਜਾ ਵੀ ਪਤਾ ਲੱਗ ਜਾਣਾ, ਕੰਮ ਪੁੱਛਿਆ ਜ਼ਿਆਦਾ ਪੁੱਛਿਆ ਉੱਪਰ ਡਿਫਰੈਂਸ ਆ ਜਾਣਾ, ਥੱਲੇ ਜਿਹੜਾ ਪੁੱਛਿਆ ਉਹਨੇ ਨਹੀਂ ਆਉਣਾ, ਦੂਜੇ ਨੰਬਰ ਨੇ ਥੱਲੇ ਆ ਜਾਣਾ ਅਤੇ ਗੁਣਾ ਕਰ ਦੇਣਾ 100 ਦੇ ਨਾਲ, ਠੀਕ ਹੈ। ਇਹ ਸੀਗੀ ਤੁਹਾਡੀ ਪਹਿਲੀ ਟਾਈਪ। ਹੁਣ ਇਹਦੇ ਕੁਸ਼ਚਨ ਅੱਗੇ ਹੋਣੇ ਆ, ਤੁਸੀਂ ਟਰਾਈ ਕਰਿਓ ਇਸ ਕੁਸ਼ਚਨ ਨੂੰ, ਇਹ ਕੁਸ਼ਚਨ ਦਿੱਤਾ ਹੋਇਆ, ਤੁਸੀਂ ਪੌਜ਼ ਕਰਕੇ ਜਾਂ ਸਕਰੀਨਸ਼ਾਟ ਲੈ ਕੇ ਇਹਨੂੰ ਟਰਾਈ ਕਰਨਾ, ਦੇਖਣਾ ਕਿਹੜਾ ਤੁਹਾਡਾ ਆਪਸ਼ਨ ਆਉਂਦਾ। ਉਹਨਾਂ ਨੇ ਆਪਾਂ ਅਗਲੀ ਟਾਈਪ 'ਤੇ ਇੱਕ ਟਾਈਪ ਹੋਰ ਕਰਦੇ ਹਾਂ। ਅਗਲੀ ਟਾਈਪ ਕੀ ਕਹਿ ਰਹੀ, ਦੇਖੋ ਕੁਸ਼ਚਨ ਕਹਿ ਰਿਹਾ, ਇਫ ਏ ਸੈਲਰੀ ਇਜ 20% ਲੈਸ ਦੈਨ ਬੀ ਸੈਲਰੀ, ਅਗਰ ਏ ਕਾ ਵੇਤਨ ਬੀ ਕੇ ਵੇਤਨ ਸੇ 20% ਕਮ ਹੈ, ਤੋ ਬੀ ਕਾ ਵੇਤਨ ਏ ਸੇ ਕਿਤਨੇ ਪ੍ਰਤੀਸ਼ਤ ਅਧਿਕ ਹੋਗਾ। ਅਗਰ ਏ ਬੀ ਤੋਂ 20% ਘੱਟ ਹੈ, ਤਾਂ ਫਿਰ ਬੀ ਏ ਤੋਂ ਕਿੰਨਾ ਪਰਸੈਂਟ ਜ਼ਿਆਦਾ ਹੋਏਗਾ। ਹੁਣ ਸਾਡੇ ਦਿਮਾਗ 'ਚ ਪਹਿਲੀ ਵਾਰੀ ਤਾਂ ਇਹੀ ਚੀਜ਼ ਆਏਗੀ ਯਾਰ, ਅਗਰ ਏ 20% ਘੱਟ ਹੈ ਤਾਂ ਉਹ 20% ਜ਼ਿਆਦਾ ਹੀ ਹੋਏਗਾ ਓਬਵੀਅਸਲੀ, ਬਟ ਨਹੀਂ, 20% ਜ਼ਿਆਦਾ ਨਹੀਂ ਹੋਏਗਾ। ਸੇਮ ਉਹੀ ਹੈ ਕਿ ਤੀਜੇ ਨੰਬਰ ਨੂੰ 100 ਮੰਨਿਆ ਸੀ, ਇੱਥੇ ਉਹ ਕਹਿ ਰਿਹਾ ਏ 20 ਤੋਂ ਘੱਟ ਹੈ, ਫਿਰ ਮੈਂ ਬੀ ਨੂੰ 100 ਮੰਨ ਲੈਣਾ, ਕਿਉਂਕਿ ਅਗਰ ਮੈਨੂੰ ਬੀ ਪਤਾ ਲੱਗ ਗਿਆ ਤਾਂ ਫਿਰ ਮੈਂ ਏ 'ਤੇ ਕੱਢ ਹੀ ਲਵਾਂਗਾ, ਕਿਉਂਕਿ ਏ ਜਿਹੜਾ 20% ਘੱਟ ਹੈ, ਤੋਂ 20 ਘੱਟ ਮਤਲਬ ਕਿੰਨਾ ਹੋ ਗਿਆ 80। ਸੇਮ ਉਹੀ ਚੀਜ਼ ਕੁਸ਼ਚਨ 'ਚ, ਅਗਰ ਘੱਟ ਪੁੱਛਿਆ ਜ਼ਿਆਦਾ ਪੁੱਛਿਆ ਤਾਂ ਕੀ ਕਰਨਾ, ਉੱਪਰ ਡਿਫਰੈਂਸ, ਦੋਨਾਂ ਡਿਫਰੈਂਸ ਕੀ ਹੋ ਗਿਆ 20। ਥੱਲੇ ਕਿਹੜੀ ਵੈਲਿਊ ਆਉਣੀ ਹੈ, ਜਿਹਦਾ ਪੁੱਛਿਆ ਉਹਨੇ ਨਹੀਂ ਆਉਣਾ, ਕਿਹਦਾ ਪੁੱਛ ਰਿਹਾ ਉਹ, ਬੀ ਕਾ ਵੇਤਨ ਏ ਸੇ, ਤੋਂ ਬੀ ਕਾ ਪੁੱਛ ਰਿਹਾ ਅਤੇ ਬੀ ਨੇ ਥੱਲੇ ਨਹੀਂ ਆਉਣਾ, ਥੱਲੇ ਕਿਹਨੇ ਆਉਣਾ, ਏ ਨੇ ਆਉਣਾ, ਅਤੇ ਗੁਣਾ ਕਰ ਦੇਣਾ ਆਪਾਂ 100 ਦੇ ਨਾਲ, ਇੱਥੇ ਸਾਡਾ ਆਂਸਰ ਹੋ ਜਾਣਾ 25%। ਇਸਦਾ ਮਤਲਬ ਅਗਰ ਏ 20 ਤੋਂ 20% ਘੱਟ ਹੈ ਅਤੇ ਬੀ ਏ ਤੋਂ 25% ਜ਼ਿਆਦਾ ਹੈ, ਠੀਕ ਹੈ, ਕਲੀਅਰ। ਇਹ ਸਾਡੀ ਦੂਜੀ ਟਾਈਪ ਸੀ, ਇਗਜ਼ਾਮ 'ਚ ਸਾਰੀ ਟਾਈਪਸ ਆਉਂਦੀਆਂ, ਸਾਰੀ ਟਾਈਪਸ ਇੰਪੋਰਟੈਂਟ, ਜਿੰਨੀ ਵੀ ਮੈਂ ਤੁਹਾਨੂੰ ਕਰਵਾ ਰਿਹਾ ਸਾਰੀ ਕੋਈ ਨਾ ਕੋਈ ਕੁਸ਼ਚਨ ਇਹਦੇ 'ਚ ਤੁਹਾਨੂੰ ਇਗਜ਼ਾਮ 'ਚ ਜ਼ਰੂਰ ਮਿਲ ਜਾਏਗਾ। ਚਲੋ ਅੱਗੇ ਦੇਖਦੇ ਹਾਂ, ਠੀਕ ਹੈ, ਸੇਮ ਕੁਸ਼ਚਨ ਹੈ, ਤੁਸੀਂ ਟਰਾਈ ਕਰਨਾ ਇਹਨੂੰ, ਏ ਬੀ ਸੇ 25% ਅਧਿਕ ਹੈ, ਹੁਣ ਬੀ ਨੂੰ 100 ਮੰਨਾਂਗੇ ਤਾਂ ਏ ਕੀ ਹੋ ਜਾਏਗਾ, 25 ਅਧਿਕ 125 ਹੋ ਜਾਏਗਾ, ਫਿਰ ਦੋਨਾਂ ਡਿਫਰੈਂਸ ਉੱਪਰ ਆਏਗਾ, ਥੱਲੇ ਕੀ ਆ ਜਾਏਗਾ, ਠੀਕ ਹੈ। ਹੁਣ ਇੱਦਾਂ ਦਾ ਕੁਸ਼ਚਨ ਅਗਰ ਤੁਸੀਂ ਦਿਮਾਗ 'ਚ ਰੱਖ ਸਕਦੇ ਹੋ, ਤੁਸੀਂ ਸ਼ਾਰਟਕੱਟ ਵੀ ਬਣਾ ਸਕਦੇ ਹੋ, ਅਗਰ ਜਿੰਨਾ ਵੀ ਪਰਸੈਂਟੇਜ ਦਿੱਤਾ ਹੁੰਦਾ ਹੈ ਕੁਸ਼ਚਨ, ਤੁਸੀਂ ਉਹ ਲਿਖ ਲਓ, ਅਗਰ ਅਧਿਕ ਕਿਹਾ ਤੈਨੂੰ 100 ਵਿੱਚ ਪਲੱਸ ਕਰ ਦਿਉ, 100+25 125 ਅਤੇ ਗੁਣਾ 100 ਕਰ ਦਿਉ, ਬਸ ਕੋਈ ਲੋੜ ਨਹੀਂ ਤੁਹਾਨੂੰ ਸੋਚਣ ਦੀ ਜ਼ਿਆਦਾ, 20% ਤੁਹਾਡਾ ਆਨਸਰ ਹੋ ਜਾਣਾ, ਠੀਕ ਹੈ। ਇਸ ਕੁਸ਼ਚਨ ਨੂੰ ਤੁਸੀਂ ਦਿਮਾਗ 'ਚ ਰੱਖ ਲਓ, ਜਿੰਨਾ ਪਰਸੈਂਟੇਜ ਦਿੱਤਾ ਪਹਿਲੇ ਉਹ ਲਿਖ ਲਓ, ਅਗਰ ਥੱਲੇ ਅਧਿਕ ਹੋ ਰਿਹਾ ਤਾਂ 100+25 ਕਰ ਦਿਉ, ਅਗਰ ਇਹ ਕਮ ਹੋ ਰਿਹਾ ਤਾਂ 100-25 ਕਰ ਦਿਉ, ਠੀਕ ਹੈ। 100+25 125 ਅਤੇ ਗੁਣਾ ਕਰਤਾ 100 ਦੇ ਨਾਲ, ਤੁਹਾਡਾ ਉੱਥੋਂ ਸਿੱਧਾ ਡਾਇਰੈਕਟ ਆਨਸਰ ਆ ਜਾਏਗਾ 20%। ਚਲੋ ਹੁਣ ਇੱਕ ਟਾਈਪ ਹੋਰ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ 'ਚ, ਬਾਕੀ ਟਾਈਪ ਤਾਂ ਮੈਂ ਅਗਲੀ ਵੀਡੀਓ 'ਚ ਕਰਾਵਾਂਗਾ। ਇਹ ਸੇਮ ਕੁਸ਼ਚਨ ਹੈ, ਤੁਸੀਂ ਇਹਨੂੰ ਪੌਜ਼ ਕਰਕੇ ਸੋਲਵ ਕਰਕੇ ਦੇਖ ਸਕਦੇ ਹੋ ਕਿ ਤੁਹਾਡਾ ਆਨਸਰ ਆਏਗਾ, ਇਹ ਵੀ ਬਿਲਕੁਲ ਸੇਮ ਕੁਸ਼ਚਨ ਹੈ, ਠੀਕ ਹੈ। ਬਸ ਏ ਬੀ ਸੀ ਦੇ ਤਾਂ ਆਪਾਂ ਸੀ ਨੂੰ 100 ਮੰਨ ਲਾਂਗੇ, ਉੱਥੋਂ ਬੀ ਕੱਢ ਲਾਂਗੇ, ਫਿਰ ਬੀ ਤੋਂ ਏ ਕੱਢ ਲਵਾਂਗੇ, ਠੀਕ ਹੈ। ਚਲੋ ਅੱਗੇ ਆਉਂਦੇ ਆਪਾਂ ਤੀਜੀ ਟਾਈਪ ਦੇ ਉੱਪਰ, ਅੱਜ ਦੀ ਵੀਡੀਓ ਦੀ ਆਖਰੀ ਟਾਈਪ, ਇਹਨੂੰ ਕੰਟੀਨਿਊ ਕਰਾਂਗੇ ਅਗਲੀ ਵੀਡੀਓ 'ਚ, ਕਿਉਂਕਿ ਵੀਡੀਓ ਜ਼ਿਆਦਾ ਲੈਂਥੀ ਨਾ ਹੋ ਜਾਏ ਇਸ ਕਰਕੇ। ਕੀ ਕਹਿ ਰਹੀ ਅਗਲੀ ਟਾਈਪ ਸਾਨੂੰ, ਅਗਲੀ ਟਾਈਪ ਕਹਿ ਰਹੀ ਹੈ ਕਿ ਫਰੂਟ ਸੈਲਰ ਹੈਡ ਸਮ ਐਪਲ, ਉਹਦੇ ਕੋਲ ਕੁਛ ਐਪਲ ਹੈ, ਹੀ ਸੈਲ 40% ਐਪਲ ਐਂਡ ਸਟਿਲ ਹੈਜ਼ 420 ਐਪਲ, ਕਿ ਫਲ ਵਿਕਰੇਤਾ ਕੇ ਪਾਸ ਕੁਛ ਸੇਬ ਥੇ, ਵਹ 40% ਸੇਬ ਵੇਚਤਾ ਹੈ, ਉਸਕੇ ਪਾਸ ਅਭੀ ਵੀ 420 ਸੇਬ ਹੈ, ਤੋ ਮੂਲ ਰੂਪ ਸੇ ਉਸਕੇ ਪਾਸ ਥੇ, ਕਿਤਨੇ ਸੇਬ ਥੇ, ਕੁਛ ਸੇਬ ਸੀਗੇ ਇੱਕ ਬੰਦੇ ਕੋਲੋਂ, ਉਹਦੇ ਵਿੱਚ ਉਹਨੇ ਕਿੰਨੇ ਪਰਸੈਂਟ ਜਿਹੜੇ ਵੇਚਤੇ, 40% ਵੇਚਤੇ, ਉਸ ਤੋਂ ਬਾਅਦ ਉਹਦੇ ਕੋਲ ਹਲੇ ਵੀ 420 ਸੇਬ ਪਏ ਆ, ਆਪਾਂ ਉਹਦੇ ਕੋਲ ਸੇਬ ਟੋਟਲ ਕਿੰਨੇ ਸੀਗੇ। ਇੱਕ ਚੀਜ਼ ਸੋਚੋ, ਅਗਰ 40%, ਮੈਂ ਤੁਹਾਨੂੰ ਦੱਸਿਆ ਟੋਟਲ ਜਿਹੜੀ ਪਰਸੈਂਟੇਜ ਹੁੰਦੀ ਹੈ ਉਹ 100 ਹੀ ਹੁੰਦੀ ਹੈ, ਹੈਨਾ, ਕਿ 100% ਸੀਗੇ ਮੰਨ ਲਓ ਟੋਟਲ, ਉਹਦੇ ਕੋਲ ਕਿੰਨੇ ਵੇਚਤੇ ਉਹਨੇ, 40 ਵੇਚਤੇ, ਤਾਂ ਮਤਲਬ ਉਹਦੇ ਕੋਲ ਹਲੇ ਵੀ ਕਿੰਨੇ ਪਏ ਹੋਣੇ ਆ, 60% ਸੇਬ ਹਲੇ ਵੀ ਹੈਗੇ ਆ।
ਬਟ ਨੰਬਰ ਚ ਕਿੰਨਾ ਦੱਸਿਆ ਨੇ 420 ਸੇਮ, ਇਸਦਾ ਮਤਲਬ ਜਿਹੜੀ 60% ਦੀ ਵੈਲਿਊ ਹੈ ਕਿਹਦੇ ਬਰਾਬਰ ਹੋਏਗੀ, 420 ਦੇ ਬਰਾਬਰ ਹੋਏਗੀ। ਕਿਉਂਕਿ ਪਰਸੈਂਟੇਜ ਅਗਰ ਮੈਂ ਸੋਚਾਂ ਤਾਂ 60% ਬਚੇ ਹੋਣੇ ਆ, ਨੰਬਰਾਂ ਚ ਸੋਚਾਂ 420, ਅਗਰ ਮੈਂ 60% ਹੀ 420 ਦੇ ਬਰਾਬਰ ਹੈ, ਇੱਥੋਂ ਤੁਸੀਂ 1% ਦੀ ਵੈਲਿਊ ਕੱਢ ਲਓਗੇ, ਇਹਨੂੰ ਕੱਟੋਗੇ ਤਾਂ 7 ਆ ਰਹੇਗਾ, ਮਤਲਬ 1% ਦੀ ਵੈਲਿਊ 7 ਹੋ ਗਈ। ਹੁਣ ਟੋਟਲ ਕੱਢਣਾ, ਟੋਟਲ ਮਤਲਬ 100% ਕੱਢਣਾ, ਤਾਂ 100% ਦੀ ਵੈਲਿਊ ਕੀ ਹੋਏਗੀ, 7 ਨੂੰ 100 ਨਾਲ ਗੁਣਾ ਕਰ ਦਿਓ, ਆਂਸਰ ਤੁਹਾਡਾ ਆ ਜਾਏਗਾ ਇਸ ਕੁਐਸਚਨ ਦਾ 700। ਸਮਝ ਗਏ, 40% ਅਗਰ ਉਹਨੇ ਵੇਚੇ, ਇਸ ਤਰ੍ਹਾਂ 60% ਬਚ ਗਏ, ਉਹ ਕਿੰਨੇ ਬਚੇ, ਉਹ ਤਾਂ ਮੈਨੂੰ ਪਤਾ 420 ਬਚੇ, ਇਸ ਤਰ੍ਹਾਂ 60% ਜਿਹੜਾ ਉਹ 420 ਦੇ ਬਰਾਬਰ ਹੋਏਗਾ, ਤੇ ਮੈਂ 100% ਉੱਥੋਂ ਕੱਢ ਲਿਆ। ਠੀਕ ਹੈ, ਕਲੀਅਰ। ਚਲੋ ਅੱਗੇ ਇੱਕ ਹੋਰ ਕੁਐਸਚਨ ਦੇਖਦੇ ਹਾਂ। ਦੇਖੋ ਇਹ ਉੱਧਰ ਦਾ ਕੁਐਸਚਨ ਹੀ ਹੈ ਸੇਮ, ਕਹਿ ਰਿਹਾ ਇੱਕ ਵਿਲੇਜ ਦੇ ਵਿੱਚ 30% ਪਾਪੂਲੇਸ਼ਨ ਜਿਹੜੀ ਆ ਉਹ ਲਿਟਰੇਟ ਪੜ੍ਹੇ ਲਿਖੇ ਹੈਗੇ ਆ, ਠੀਕ ਹੈ, ਇੱਥੇ ਕਹਿ ਰਿਹਾ ਸਾਕਸ਼ਰ ਹੈਗੇ ਆ, ਇਫ ਦਾ ਟੋਟਲ ਪਾਪੂਲੇਸ਼ਨ ਦਾ ਵਿਲੇਜ 600। ਹੁਣ ਟੋਟਲ ਦੇ ਤਾ ਉਹਨੇ ਸਾਨੂੰ, ਪਿਛਲੇ ਕੁਐਸਚਨ ਆਪਾਂ ਕੱਢਣਾ ਸੀ, ਇੱਥੇ ਦੇ ਤਾ, ਜੇਕਰ ਪਾਪੂਲੇਸ਼ਨ ਹੈਗੀ ਆ 600 ਤਾਂ ਦੱਸੋ ਫਿਰ ਕਿੰਨੇ ਪੜ੍ਹੇ ਲਿਖੇ ਆ। ਮੈਨੂੰ ਪਤਾ 600 ਟੋਟਲ ਪਰਸਨ ਹੈ ਜਿਹਦੇ ਵਿੱਚੋਂ ਪੜ੍ਹੇ ਲਿਖੇ ਕਿੰਨੇ ਆ 30%, ਤੇ ਬਸ ਉਹਨੇ ਪੜ੍ਹੇ ਲਿਖੇ ਹੀ ਪੁੱਛਿਆ, ਤਾਂ 600 ਦਾ ਤੁਸੀਂ 30% ਕੱਢ ਦਿਓ, ਇਹ ਤੁਹਾਡਾ ਆਨਸਰ ਆ ਦੇਣਾ 1980 ਆਪਸ਼ਨ ਨੰਬਰ ਏ। ਅਗਰ ਉਹ ਕਹਿੰਦਾ ਅਨਪੜ੍ਹ ਕਿੰਨੇ ਆ, ਫਿਰ ਆਪਾਂ ਸੋਚਦੇ ਯਾਰ ਕਿ ਅਗਰ 30% ਪੜ੍ਹੇ ਲਿਖੇ ਆ, 100% ਟੋਟਲ ਹੁੰਦਾ, 30% ਪੜ੍ਹੇ ਲਿਖੇ ਆ, ਇਸਦਾ ਮਤਲਬ ਅਨਪੜ੍ਹ ਕਿੰਨੇ ਹੋਏ 70%, ਫਿਰ ਮੇਰਾ 70% ਕਰ ਦੇਣਾ ਸੀਗਾ ਡਾਇਰੈਕਟ 600 ਦਾ। ਠੀਕ ਹੈ, ਇੱਥੇ ਪੜ੍ਹੇ ਲਿਖੇ ਹੀ ਪੁੱਛੇ ਆ, ਅਤੇ ਉਹੀ ਸਾਨੂੰ ਦਿੱਤੇ ਸੀਗੇ, ਮੈਂ ਡਾਇਰੈਕਟ 30% ਕੱਢ ਕੇ ਆਨਸਰ ਕੱਢ ਲਿਆ 1980। ਠੀਕ ਹੈ, ਚਲੋ ਅੱਗੇ ਦੇਖਦੇ ਹਾਂ ਅਗਲਾ ਕੁਐਸਚਨ। ਨੈਕਸਟ ਕੁਐਸਚਨ ਦੇਖੋ ਕੀ ਕਹਿ ਰਿਹਾ, ਇਹ ਸਟੂਡੈਂਟ ਸਪੈਂਡ, ਇੱਕ ਸਟੂਡੈਂਟ ਜਿਹੜਾ 25% ਆਪਣੀ ਮੰਥਲੀ ਇਨਕਮ ਦਾ ਖਰਚ ਕਰਦਾ ਰੈਂਟ 'ਤੇ, ਠੀਕ ਹੈ, 20% ਜਿਹੜਾ ਆ ਸਕੂਲ ਫੀਸ 'ਤੇ ਖਰਚ ਕਰਦਾ, 30% ਜਿਹੜਾ ਆ ਕੱਪੜਿਆਂ 'ਤੇ ਖਰਚ ਕਰਦਾ, ਠੀਕ ਹੈ, ਕਲੋਥ 'ਤੇ ਖਰਚ ਕਰਦਾ, ਨਾ ਉਹ ਇਜ਼ ਲੈਫਟ। ਹੁਣ ਉਹਦੇ ਕੋਲ ਇੰਨੇ ਪੈਸੇ ਬਚ ਗਏ 3350, ਤਾਂ ਦੱਸੋ ਉਹਦੀ ਇਨਕਮ ਕਿੰਨੀ ਸੀਗੀ। ਉਹਦੀ ਕੁਛ ਇਨਕਮ ਸੀਗੀ ਜਿਹਦੇ ਵਿੱਚੋਂ ਇਹ ਖਰਚੇ ਕਰਦਾ, ਬਾਅਦ 'ਚ ਇੰਨੇ ਪੈਸੇ ਉਹਦੇ ਕੋਲ ਬਚ ਜਾਂਦੇ ਆ। ਹੁਣ ਇੰਨੇ ਪੈਸੇ ਬਚੇ ਆ, ਫਿਰ ਆਪਾਂ ਸੋਚਣਾ ਯਾਰ ਕਿੰਨੇ ਪੈਸੇ 25% 'ਤੇ ਉਹਨੇ ਦੇ ਤਾ ਰੈਂਟ, ਪਲੱਸ 20% ਉਹਨੇ ਦੇ ਤਾ ਸਕੂਲ ਦੀ ਫੀਸ, ਪਲੱਸ 30% ਉਹਨੇ ਦੇ ਤੇ ਕੱਪੜਿਆਂ 'ਤੇ, ਮਿਲਾ ਕੇ ਟੋਟਲ ਸਾਡਾ ਹੋ ਗਿਆ 75%, ਅਤੇ 75% ਉਹਨੇ ਖਰਚ ਹੀ ਕਰਤਾ। ਅਗਰ 100% ਟੋਟਲ 75% ਖਰਚ ਕਰਤਾ, ਤਾਂ ਕਿੰਨੇ ਪਰਸੈਂਟ ਬਚਿਆ 25%, ਮਤਲਬ 25% ਪੈਸੇ ਤੋਂ ਹੱਲੇ ਵੀ ਹੈਗੇ ਆ, ਜਿਹੜੇ ਕਿਹਦੇ ਬਰਾਬਰ ਬੰਦੇ ਆ 3350 ਰੁਪਏ ਦੇ ਬਰਾਬਰ ਬੰਦੇ ਆ। ਅਗਰ 25% 3350, ਤਾਂ 100% ਕਿਹਦੇ ਬਰਾਬਰ ਹੋਏਗਾ, ਕਿਉਂਕਿ ਟੋਟਲ ਕੱਢਣਾ, ਟੋਟਲ 100% ਹੀ ਹੁੰਦਾ, 100% 25, ਤਾਂ ਚਾਰ ਗੁਣਾ 100 ਹੁੰਦਾ, ਅਤੇ ਫਿਰ ਇਹਨੂੰ ਵੀ 4 ਨਾਲ ਗੁਣਾ ਕਰ ਦਿਓ ਤੁਸੀਂ, ਠੀਕ ਹੈ, ਤੁਹਾਡਾ ਬਣ ਜਾਏਗਾ 13,400 ਰੁਪਈਏ ਜਿਹੜੇ ਆ ਉਹਦੀ ਮੰਥਲੀ ਇਨਕਮ ਹੈ। ਇੱਦਾਂ ਦਾ ਕੁਐਸਚਨ ਕਦੀ ਵੀ ਤੁਹਾਨੂੰ ਇਗਜ਼ਾਮ ਚੱਲੇ ਨਾ, ਆਪਾਂ ਜਲਦੀ ਜਲਦੀ 'ਚ ਇਹ ਨਹੀਂ ਕਰਨਾ ਕਿ ਫਟਾਫਟ 13,400 ਕੱਢ ਲਿਆ ਆਨਸਰ ਕਰਤਾ, ਇਹ ਉਹਦੇ ਮਹੀਨੇ ਦੇ ਖਰਚੇ ਸੀਗੇ, ਇਨਕਮ ਵੀ ਕੀ ਆਈ ਮਹੀਨੇ ਦੀ। ਕੁਐਸਚਨ 'ਚ ਪੜ੍ਹ ਲੈਣਾ ਇੱਕ ਵਾਰੀ ਕਿ ਤੁਹਾਨੂੰ ਉਹਨੇ ਮਹੀਨੇ ਦੀ ਇਨਕਮ ਪੁੱਛੀ ਹੈ ਕਿ ਸਾਲ ਦੀ ਪੁੱਛੀ ਹੈ, ਠੀਕ ਹੈ, ਤਾਂ ਇੱਥੇ ਕੀ ਪੁੱਛਿਆ ਉਹਨੇ ਵਾਰਸ਼ਿਕ, ਤੁਸੀਂ ਚੈੱਕ ਕਰੋਗੇ ਜਿਹੜਾ ਖਰਚੇ ਹੈ ਉਹ ਮਾਸਿਕ ਹੈ, ਬਟ ਇਨਕਮ ਉਹਨੇ ਵਾਰਸ਼ਿਕ ਪੁੱਛੀ, ਸਾਲ ਦੀ ਪੁੱਛੀ ਹੈ, ਫਿਰ ਇਹ 1 ਮਹੀਨੇ ਦੀ ਇਨਕਮ ਇੰਨੀ ਹੈ, ਤਾਂ ਸਾਲ ਦੀ ਕੀ ਹੋਏਗੀ, ਇਹਨੂੰ 12 ਨਾਲ ਤੁਹਾਨੂੰ ਗੁਣਾ ਕਰਨਾ ਪੈਣਾ, ਉਹ ਤੁਹਾਡੀ ਸਾਲ ਦੀ ਇਨਕਮ ਆਏਗੀ, ਠੀਕ ਹੈ, 40,16 ਇਹ ਤੁਹਾਡਾ ਆਨਸਰ ਹੋਏਗਾ, 1,60,800। ਸਮਝ ਗਏ, ਕੁਐਸਚਨ 'ਚ ਧਿਆਨ ਦੇਣਾ, ਅਗਰ ਇਹ ਮਾਸਿਕ ਲਿਖਿਆ ਮੰਥਲੀ ਲਿਖਿਆ ਤਾਂ ਫਿਰ ਆਨਸਰ 13,400 ਹੀ ਹੈ, ਵਾਰਸ਼ਿਕ ਲਿਖਿਆ ਤਾਂ ਫਿਰ ਸਾਡਾ ਆਨਸਰ ਇਹ ਹੋਏਗਾ। ਅਗਰ ਉਹ ਕੁਐਸਚਨ 'ਚ ਕਹਿੰਦਾ ਨਾ ਕਿ ਵਾਰਸ਼ਿਕ ਆਏਗਾ, ਪੂਰੇ ਸਾਲ ਦੀ ਆਏਗਾ, ਇੱਥੇ ਇੱਥੇ ਖਰਚ ਕੀਤਾ ਉਹਨੇ, ਤਾਂ ਫਿਰ ਆਨਸਰ 13,400 ਹੀ ਸੀਗਾ, ਬਟ ਇੱਥੇ ਮਾਸਿਕ ਦਿੱਤਾ, ਇੱਥੇ ਵਾਰਸ਼ਿਕ ਪੁੱਛਿਆ, ਤਾਂ ਇਸ ਕਰਕੇ ਇਹ ਮਹੀਨੇ ਦੀ ਇਨਕਮ ਨਿਕਲੀ ਹੈ, ਇਹਨੂੰ ਸਾਲ ਦੀ ਬਣਾਉਣੇ ਪੈਣਾ। ਠੀਕ ਹੈ, ਕਲੀਅਰ ਹੈ, ਅੱਜ ਦੀ ਵੀਡੀਓ 'ਚ ਆਪਾਂ ਇੰਨਾ ਹੀ ਕਰਦੇ ਹਾਂ ਫਿਲਹਾਲ, ਇਹਨੂੰ ਅਗਲੀ ਵੀਡੀਓ 'ਚ ਆਪਾਂ ਕੰਟੀਨਿਊ ਕਰਾਂਗੇ, ਉਹਦੇ ਵਿੱਚ ਤੁਹਾਨੂੰ ਹੋਰ ਵੀ ਟਾਈਪਸ ਕਰਵਾਵਾਂਗਾ, ਅੱਜ ਦੀ ਵੀਡੀਓ 'ਚ ਇੰਨਾ ਹੀ ਕਰਦੇ ਹਾਂ ਫਿਲਹਾਲ, ਚਲੋ ਠੀਕ ਹੈ, ਅੱਜ ਦੀ ਵੀਡੀਓ 'ਚ ਇੰਨਾ ਹੀ, ਥੈਂਕ ਯੂ।